فرمایا اللہ پاک تین قسم دے میرے وال ویکھو تین قسم دے بندیاں تے اینے غصے ہون گے اینے ناراض ہون گے اللہ پاک اینے نفرت نال اینی نفرت اللہ پاک نو نہ تو ہوئے گی نا میرا رحمان جنت دے گا جنت تے دور دی گل اللہ پاک نظر رحمت نال ویکھے گا وی نہیں کون نے اے کی قصور اے نہ دا کی جرم اے نہ دا کی گناہ کیتا اے نہ دے اللہ اللہ اینا چو ایک بندہ ہوے جڑا ماں باپ دا نام فرمانے ماں باپ دا بے ادب ماں باپ دا گستاخ اور جوانا کان لا کے سن کے لے جا اج دے باپ سوچ سمجھ کے ماں دیاں گستاخیاں کریا کر سوچ کے زبان کھولیا کر نعرہ تکبیر شان مصطفی عظمت صحابہ تاجدار ختم نبوت حضرت مولانا قاری آصف نذیر محمدی صاحب اللهم صل علی محمد وعلى آل محمد وبارك وسلم وصل علي أما بعد فأعوذ بالله السميع العليم من الشيطان الرجيم بسم الله الرحمن الرحيم وكذا ربك ألا تعبدوا إلا إياه وَبِالْوَالِدَيْنِ إِحْسَانًا سامعین محترم اللہ سبحانہ وتعالی دی حمد و ثنا دے بعد درود و سلام امام المرسلین خاتم النبیین جناب محمد الرسول اللہ صلی اللہ علیہ وآلہ وسلم دی ذات گرامی دی دعا ہے اللہ پاک سب دا بیٹھنا علماء کرام دا بیان کرنا ان نوجوان پائیاں دوستاں دا ذوق شوق نال اہتمام انتظام کرنا بھائی انس عبداللہ بھائی اسامہ دیگر محترم جناب اسماعیل صاحب اللہ سب دی محنت کاوش قبول کر کے باعث بخشش اور باعث نجات بنا دے جس وقت اولاد کامیابی دی سیڑھی تے قدم رکھ دی ہے نا اس وقت بندے نو اپنے دی بہت ضرورت ہوندی ہے جتھے تمام عزیزاں دیاں دعاواں چاہیدیاں ہوندیاں نے تھپکیاں چاہیدیاں ہوندیاں نے اتھے سب نالوں زیادہ ماں اور باپ دی ضرورت ہوندی ہے کیونکہ جس وقت پتر کامیاب ہون تے ماواں سینے نال لا کے
ਪੁੱਤਰਾਂ ਲਈ ਔਰ ਦੁਆਵਾਂ ਕਰਦੀਆਂ ਨੇ। ਅੱਲਾਹ ਪੁੱਤਰ ਨੂੰ ਕਾਮਯਾਬ ਕੀਤਾ ਈ ਤੇ ਹੋਰ ਇਹਨੂੰ ਰੰਗ ਲਾਈ ਔਰ ਇੱਜ਼ਤਾਂ ਦੇਵੀ। ਬਾਪ ਬੇਟਾ ਕਾਮਯਾਬ ਹੋਵੇ ਤੇ ਬਾਪ ਸੀਨੇ ਨਾਲ ਲਾਂਦਾ ਹੈ, ਮੱਥਾ ਚੁੰਮਦਾ ਹੈ, ਕਮਰ ਤੇ ਥਾਪੜਾ ਮਾਰ ਕੇ ਕਹਿੰਦਾ ਪੁੱਤਰ ਸ਼ੇਰ ਬਣ ਕੇ ਦਲੇਰ ਬਣ ਕੇ ਇਸ ਮੈਦਾਨ 'ਚ ਉਤਰੀ, ਤੇਰਾ ਬਾਪ ਤੇਰੇ ਨਾਲ ਵੀ ਏ, ਤੇਰੇ ਪਿੱਛੇ ਵੀ ਏ, ਦੁਆਵਾਂ ਵੀ ਨਾਲ ਨੇ। ਤੇ ਪੁੱਤਰਾਂ ਦਾ ਬੇਟਿਆਂ ਦਾ ਜਿੱਥੇ ਮਾਂ ਬਾਪ ਦਾ ਫਖਰ ਨਾਲ ਸਰ ਬੁਲੰਦ ਹੁੰਦਾ ਹੈ, ਉੱਥੇ ਔਲਾਦ ਦਾ ਸੀਨਾ ਵੀ ਚੌੜਾ ਹੋ ਜਾਂਦਾ ਹੈ, ਹੰਮਾ ਮਾਨ ਰਹਿ ਜਾਂਦਾ ਹੈ। ਤੇ ਜਦੋਂ ਪੁੱਤਰ ਕਾਮਯਾਬ ਹੋਣ ਤੇ ਮਾਨ ਆਉਣਾ ਹੋਵੇ, ਇਹ ਉਹਨੂੰ ਪਤਾ ਹੈ ਇਸ ਮੌਕੇ ਤੇ ਮਾਂ ਕਿੰਨੀ ਯਾਦ ਆਉਂਦੀ ਹੈ, ਜਾਂ ਉਹਨੂੰ ਪਤਾ ਹੈ ਕਾਮਯਾਬੀ ਦੀ ਸੀੜੀ ਤੇ ਕਦਮ ਹੋਵੇ, ਜਿਵੇਂ ਜਿਵੇਂ ਬੰਦਾ ਕਦਮ ਚੜ੍ਹਦਾ ਜਾਂਦਾ ਹੈ ਹਰ ਪਲ ਬਾਪ ਦੀ ਯਾਦ ਸਤਾਉਂਦੀ ਏ, ਮਾਂ ਦੀ ਯਾਦ ਸਤਾਉਂਦੀ ਏ। ਕਾਸ਼ ਅੱਬੂ ਹੁੰਦੇ, ਕਾਸ਼ ਅੰਮੀ ਹੁੰਦੀ ਤੇ ਕਿੰਨੇ ਰਾਜ਼ੀ ਹੁੰਦੇ, ਕਿੰਨੀਆਂ ਦੁਆਵਾਂ ਕਰਦੇ। ਇਹ ਉਹਨੂੰ ਪਤਾ ਜਿਹੜਾ ਇਸ ਦਰਦ ਚੋਂ ਲੰਘਦਾ ਹੈ, ਇੱਕ ਪਾਸੇ ਖੁਸ਼ੀ ਹੁੰਦੀ ਏ, ਇੱਕ ਪਾਸੇ ਜੁਦਾਈ ਤੇ ਯਾਦ ਹੁੰਦੀ ਏ। ਦੁਆ ਕਰੋ ਜਿਨ੍ਹਾਂ ਦੇ ਮਾਂ ਬਾਪ ਫੌਤ ਹੋ ਗਏ ਨੇ, ਅੱਲਾ ਪਾਕ ਉਹਨਾਂ ਦੀਆਂ ਕਬਰਾਂ 'ਤੇ ਰਹਿਮਤ ਫਰਮਾਏ। ਇਹਨਾਂ ਜਵਾਨਾਂ ਨੂੰ ਅੱਲਾ ਪਾਕ ਦੀਨ ਦਾ ਅਜ਼ੀਮ ਆਲਮ ਬਣਾਏ, ਇਹਨਾਂ ਦੇ ਵਾਲਦੇ ਮੁਹਤਰਮ, ਅੱਲਾ ਉਹਨਾਂ ਦੀ ਕਬਰ 'ਤੇ ਕਰੋੜਾਂ ਰਹਿਮਤਾਂ ਨਾਜ਼ਲ ਕਰੇ, ਜੰਨਤੁਲ ਫਿਰਦੌਸ ਅਤਾ ਕਰੇ। ਬੜਾ ਮਿੱਠਾ ਫਲ ਅਤੇ ਮਿੱਠਾ ਮੇਵਾ ਮਾਂ ਬਾਪ, ਬੜੀ ਅਨਮੋਲ ਦੌਲਤ, ਬੜੀ ਕੀਮਤੀ ਚੀਜ਼ਾਂ ਨੇ। ਇਹਨਾਂ ਦੌਲਤਾਂ ਦੀ ਕਦਰ ਕਰ ਲਓ, ਅਤੇ ਜੇ ਕਦਰ ਨਾ ਹੋਵੇ ਤਾਂ ਕਦੀ ਉਹਨਾਂ ਕੋਲ ਬਹਿ ਜਾ ਜੇ ਜਿਨ੍ਹਾਂ ਕੋਲੋਂ ਇਹ ਦੌਲਤ ਮੱਟੀ ਦੇ ਨੀਚੇ ਚਲੀ ਗਈ ਹੈ, ਜਿਨ੍ਹਾਂ ਦੇ ਮਾਂ ਬਾਪ ਇਸ ਦੁਨੀਆਂ ਤੋਂ ਟੁਰ ਗਏ ਨੇ। ਆਈਏ ਜ਼ਰਾ ਮਾਂ ਬਾਪ, ਅੱਲਾ ਪਾਕ ਨੇ ਮਾਂ ਬਾਪ ਦਾ ਸਭ ਨਾਲੋਂ ਜ਼ਿਆਦਾ ਹਕੂਕੁਲ ਇਬਾਦ ਦੇ ਅੰਦਰ ਸਭ ਨਾਲੋਂ ਅੱਵਲ ਦਰਜਾ ਬਣਾਇਆ। ਮੈਂ ਇਨਸ਼ਾਅੱਲਾ ਇੰਤਹਾਈ ਇਖਤਸਾਰ ਨਾਲ ਦੋ ਬਾਤਾਂ, ਜਿਹੜਾ ਮਾਂ ਬਾਪ ਦੀ ਕਦਰ ਅਦਬ ਖਿਦਮਤ ਕਰਦਾ ਹੈ ਉਸ ਬੰਦੇ ਲਈ ਅੱਲਾ ਇਨਾਮ ਕੀ ਰੱਖਿਆ ਹੈ, ਅਤੇ ਜਿਹੜਾ ਮਾਂ ਬਾਪ ਨੂੰ ਨਾਰਾਜ਼ ਰੱਖਦਾ, ਗੁਸਤਾਖੀਆਂ ਕਰਦਾ, ਪਰੇਸ਼ਾਨ ਕਰਦਾ, ਤੰਗ ਕਰਦਾ, ਤਾਨੇ ਮਾਰਦਾ, ਨਜ਼ਰਅੰਦਾਜ਼ ਕਰਦਾ ਔਰ ਮਿਹਣੇ ਮਾਰਦਾ, ਰਸਵਾ ਕਰਨ ਦੀ ਕੋਸ਼ਿਸ਼ ਕਰਦਾ, ਉਸ ਬੰਦੇ ਦਾ ਅੱਲਾ ਦੇ ਹਾਂ ਅੰਜਾਮ ਕੀ ਹੈ। ਇਨਸ਼ਾਅੱਲਾ ਇਹ ਦੋ ਬਾਤਾਂ ਮੈਂ ਕਰਨੀਆਂ ਚਾਹੁੰਦਾ। ਦੁਆ ਕਰੋ ਅੱਲਾ ਪਾਕ ਸਰਾ ਸਦਰ ਫਰਮਾ ਕੇ ਸਿਹਤ ਨਾਲ ਹੱਕ ਸੱਚ ਬਿਆਨ ਕਰਕੇ ਤੁਹਾਡੇ ਸਮੇਤ ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਤਵੱਜੋ ਕਰਨਾ ਜ਼ਰਾ, ਕੁਰਾਨ ਪਾਕ ਸੁਣੀਏ ਜ਼ਰਾ। ਫਰਮਾਇਆ ربك ألا تعبدوا إلا إياه وبالوالدين إحسانا ਸੁਬਹਾਨ ਅੱਲਾ ਸੁਬਹਾਨ ਅੱਲਾ। ਕੁਰਾਨ ਕੁਰਾਨ ਮੈਂ ਤੇਰੀ ਅਜ਼ਮਤ ਤੋਂ ਸਦਕੇ ਜਾਵਾਂ, ਲੱਖ ਵਾਰ ਮੈਂ ਕੁਰਬਾਨ ਹੁੰਦਾ ਜਾਵਾਂ। ਫਰਮਾਇਆ ਵਕਜ਼ਾ ਰੱਬੁਕਾ ਅੱਲਾ ਤਅਬੁਦੂ ਇੱਲਾ ਇਯਾਹੂ। ਫਰਮਾਇਆ ਸਾ ਫੈਸਲਾ ਕਰ ਦਿੱਤਾ ਹੈ, ਇਬਾਦਤ ਕਰਨੀ ਹੈ ਮੈਂ ਰਹਿਮਾਨ ਦੀ, ਸਜਦਾ ਕਰਨਾ ਤੇ ਅੱਲਾ ਨੂੰ, ਔਲਾਦ ਦੇਂਦਾ ਤੇ ਅੱਲਾ,
بیٹے ادا کرد دے اللہ، بیٹیاں ادا کرد دے اللہ، عزت دیند دے اللہ، عظمت ادا کرد دے اللہ، رفت ادا کرد دے اللہ، شانہ ادا کرد دے اللہ، ڈوبیاں تار دے اللہ، وگڑے سوار دے اللہ۔ اللہ پاک نے اس مقام تے پہلے اپنی توحید دا ذکر فرمایا ہے، نال امام باپ دی عظمت نو بیان فرمایا ہے، فرمایا وبالوالدین احسانا، فرمایا ماں باپ نال احسان کرنا، ماں باپ نال محبت کرنی ہے، ماں باپ دی خدمت کرنی ہے۔ اور میں تے کہا کرنا وا جویں بندہ رحمان دی توحید نو منن تو بغیر، جیڑا بندہ رحمان دی توحید نو نہیں مندا او بندہ جنت نہیں جا سکدا، ایویں جیڑا بندہ ماں باپ دا نام فرمانے، ماں باپ دا بے ادبے، ماں باپ دا گستاخ، لڑ پیندا ہے یاراں دے پیچھے لگ کے تے لڑ پیندا ہے، لڑ پیندا ہے موبائلاں دے پیچھے لگ کے تے لڑ پیندا ہے، لڑ پیندا ہے سجناں دے پیچھے لگ کے، گڈیاں دے پیچھے لگ کے، مکاناں دے پیچھے لگ کے، دکاناں دے پیچھے لگ کے، زمیناں دے پیچھے لگ کے، ڈالراں دے پیچھے لگ کے، دولتاں دے پیچھے لگ کے، ماں تے باپ نال لڑائیاں کردا ہے، ناراض کردا ہے ماں باپ نوں، گستاخیاں کردا ہے ماں باپ دیاں، او بندہ وی جنت نہیں جا سکدا، او وی بندہ جنت چ داخل نہیں ہو سکدا۔ آؤ میں تھانوں اے دی دلیل دیاں، میرے تیرے مرشد پاک جناب محمد صلی اللہ علیہ وسلم، میرے آقا فرمان دینے، فرمایا کل قیامت دا دن ہوئے گا، رحمان دی عدالت لگی ہوئے گی۔ فرمایا اللہ پاک تین قسم دے، میرے وال ویکھو، تین قسم دے بندیاں تے اینے غصے ہون گے، اینے ناراض ہون گے، اللہ پاک اینے نفرت نالو، اینی نفرت اللہ پاک نو نہ تو ہوئے گی، نہ میرا رحمان جنت دے وے گا، جنت تے دور دی گل ہے، اللہ پاک نظر رحمت نال ویکھے گا وی نہیں، کون نے اے کی قصور اے نہ دا، کی جرم اے نہ دا، کی گناہ کیتا اے نہ نے، اللہ اللہ اینا چو ایک بندہ ہوے جیڑا ماں باپ دا نام فرمانے، ماں باپ دا بے ادبے، ماں باپ دا گستاخے، اور جوانا کان لا کے سن کے لے جا، آج دے بعد سوچ سمجھ کے ماں دیاں گستاخیاں کریا کر، سوچ کے زبان کھولیا کر، جویں جی کردا بولنا، جویں جی کردا سلوک کرنا، جویں جی کردا برتاؤ کرنا، جویں جی کردا انہاں نال مل لینا، جی کردا تے مہینہ مہینہ نہیں ملدا، جی کردا تے لاگے بہ لینا، جی کردا تے انہاں نال ٹائم گزار لینا، جی کردا تے انہاں دے لاگے آنا ہے، نہیں تے سالاں دے سال لنگ جاندے نے۔ اوے کئی ایسیاں بدبخت لبن، اوے ماں وی ناراض ہے، باپ وی ناراض ہے، ماں باپ نو راضی نہیں کردا۔ یاد رکھی حضور نے فرمایا ہے، فرمایا ماں باپ
باپ جیدے تے ماں باپ راضی نے اُدے تے رحمان راضی ہے جیدے تے ماں باپ نراز نے اُدے تے عرشاں والا بھی نراز ہے راضی کر اے ماں باپ نو نراز نہ رہندے آ کر بڈھی ماں نو نہ بے چین کریا کر بڈھے باپ نو نہ ستایا کر نہ وڈیریاں نو نہ تڑپایا کر نہ بزرگاں نو نہ انہاں دی نیند خراب کریا کر اے دے ماں اج اے رابطہ کر کے جاؤ ویلی والیو سجنو اپنے سے بڑے جوان آئے ہو میں محبت نہ گل کر ڈلاں اے دے ماں ناراضی کٹم دردی انالو ختم کرنا دردیاں ناواں کٹ دے شیطانی گلاں چھڈ دے تکبر نو چھڈ دے غرور نو ماں کیا کر میرا تے جرم ہی کوئی نہیں میں کی بگاڑے امی دا میں کی بگاڑے ابو دا اوئے کچھ نہ سوچ اوئے ماں ناراضی جے باپ ناراض ہے اج دا ہاتھ بن کے تینا کول معافیاں منگ کے آنا انعام دا سینہ راضی کر کے آنا اوئے راضی ہو جان گے تے رحمان راضی ہو جائے گا اور میں بڑے بڑے انہاں جنابے والا بڈھے ماں باپ تے جوان پتر آپس تے ناراض نے راضی نہ ماں دیاں ویکھے آئے پتر ایک قدم چل کیوں تائے تے بڈھے ماں باپ دوڑ کے جفیاں پا لیندے نے ماں اپنے پتر نو سینے نال لا کے چم دیئے باپ اپنے پتر نو سینے نال لا کے رو پیندا پترا کانو وکھ وکھ رہنا ہے کانو دور دور رہنا ہے کانو سانو کلیاں چھڑنا ہے لوڑ پترا سانو تیری میری ساڈے نال سلا سلوک نال ریا کر ہنا فرمانیاں نہ کریا کر گستاخیاں نہ کریا کر فرمایا وقضا رب کا اللہ تعبدو الا ایاہ و بالوالدین احسانا اما یبلغن عندک الکبر احدہما او کلاہما فلا تقل لهما اف ولا تنهرهما وقل لهما قولا كريما اے ماں باپ دا گستاخ ماں باپ دا بے ادب جیڑا دینا انج کہہ لو رحمان دی جنت تو محروم ہے اللہ دی رضا تو محروم ہے رب دی رحمت تو محروم ہے اے برکت تو محروم ہے او خیراں تو محروم ہے او سکھ تو محروم ہے جڑا ماں باپ دا گستاخ ہے آو میں تانوں ایک گستاخ دی عبرت ناک موت وکھاواں رب ماں باپ دے گستاخاں نوں اللہ کیویں عبرت دا نشان بنا چھڑدا ہے میرے وال تکیا تے درا ایک اللہ دا ولی ہے این سفر کردا ہے پیا تے قبرستان چوں گزر ہویا قبرستان جو لنگ دینے پہ تے اچانک ایک قبر پھٹی ہے قبر چو ایک جوان دی اڈ جنابے والا صورت ہے اے دا جناب تاڑے انساناں والا ہے سارے کتےاں والا ہے این قبر چو نکلیا ہے انج ہنکدا ہے پیا جویں گدا ہنکدا ہے انج آوازاں کڈدا ہے پیا جویں گدا آوازاں کڈدا ہے اے جنابے والا قبر چ چلا گیا پھر نکلیا تے پھر او ماڈ رہے پھر اندر چلا گیا پھر نکلیا تے پھر او ماڈ رہے اے رب دا ولی بڑا حیران ہویا ہے بڑا پریشان ہویا ہے اے کون ہے اللہ دے تینا ناراض نے شکل بھی بدل گئی ہے رب نے عبرت دا نشان بھی بنا چھڑ
ਛੜਿਆ ਅੱਲਾ ਪਾਕ ਨੇ ਨੀਆਂ ਸਜ਼ਾਵਾਂ ਤੇ ਛੱਡੀਆਂ ਨੇ ਕੀ ਜੁਰਮ ਇਹਦਾ ਔਰ ਜਵਾਨੋ ਤੱਕਿਆ ਤੇ ਮੇਰੇ ਵੱਲ ਗੌਰ ਨਾ ਕਰਨ ਲਾ ਕੇ ਸੁਣਿਆ ਤੇ ਨਜ਼ਰ ਮੇਰੀ ਪੂਰੀ ਤੁਹਾਡੇ ਤੇ ਅੱਲਾ ਅੱਲਾ ਵੇਖਿਆ ਤੇ ਦਲਾ ਕੀ ਜੁਰਮ ਇਹਨਾਂ ਦਾ ਕੀ ਕਸੂਰ ਇਹਦਾ ਡਨਾਬੇ ਵਾਲਾ ਖੇਤਰ ਰੱਬ ਦਾ ਬਲੀ ਵੇਂਦਾ ਹੈ ਪਿਆ ਕੋਈ ਰਾਈ ਲੰਘੇ ਕੋਈ ਇੱਥੋਂ ਦਾ ਮੁਕਾਮੀ ਲੰਘੇ ਮੈਂ ਉਹਨੂੰ ਪੁੱਛ ਲਾਂ ਕੌਣ ਹੈ ਕਿਉਂ ਇਹ ਮਾਮਲਾ ਕੀ ਜੁਰਮ ਇਹਦਾ ਤੂੰ ਗਲਤੀ ਟੋ ਤੇ ਲਵਾਂ ਨਾ ਮੈਂ ਕਬਰਸਤਾਨ ਚੋਂ ਇੰਜ ਬਾਹਰ ਨਿਕਲੇ ਦੂਰ ਨਿਗਾਹਾਂ ਪਈਆਂ ਨੇ ਇੱਕ ਚੌਂਪੜੀ ਕਬਰਸਤਾਨ ਦੇ ਨੇੜੇ ਨਜ਼ਰ ਆਈਏ ਉਸ ਚੌਂਪੜੀ ਤੇ ਖੈਮੇ ਦੇ ਕੋਲ ਚਲੇ ਗਏ ਇਸ ਖੈਮੇ ਦੇ ਅੰਦਰ ਇੱਕ ਬੁੱਢੀ ਜੀ ਅੰਮਾ ਏ ਕਮਰ ਝੁਕੀ ਹੋਈ ਏ ਕਦੇ ਅੰਦਰ ਜਾਂਦੀ ਏ ਕਦੇ ਬਾਹਰ ਆਉਂਦੀ ਏ ਕੰਮ ਕਾਜ ਕਰਦੀ ਫਿਰਦੀ ਏ ਰੱਬ ਦਾ ਬਲੀ ਇਸ ਅੰਮਾ ਦੇ ਕੋਲ ਚਲਾ ਗਿਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਮੈਂ ਤੁਹਾਡੇ ਕੋਲ ਇੱਕ ਮਾਂ ਦੀ ਗੱਲ ਪੁੱਛਣੀ ਜਾਣਾ ਅੰਮਾ ਮੈਂ ਤੇਰੇ ਕੋਲੋਂ ਇੱਕ ਗੱਲ ਪੁੱਛਣੀ ਜਾਣਾ ਹਾਂ ਪੁੱਤ ਪੁੱਛਣਾ ਕੀ ਪੁੱਛਣਾ ਜਾਣਾ ਅੰਮਾ ਦੱਸ ਨਾ ਮੈਨੂੰ ਆ ਕਬਰਸਤਾਨ ਚੋਂ ਮੈਂ ਲੰਘਦਾ ਸਾਂ ਪਿਆ ਤੇ ਮੈਂ ਐਵੇਂ ਦਾ ਮੰਜ਼ਰ ਤੱਕਿਆ ਏ ਮੇਰੀ ਰੂਹ ਕੰਬ ਗਈ ਏ ਮੈਂ ਬੜਾ ਡਰ ਗਿਆ ਕੀ ਮਾਮਲਾ ਏ ਇੰਨੀ ਗੱਲ ਕੀਤੀ ਏ ਤੇ ਅੰਮਾ ਦੀਆਂ ਅੱਖਾਂ ਡੁੱਲ ਪਈਆਂ ਅੰਮਾ ਦੀਆਂ ਆਈ ਨਿਕਲ ਆਈਆਂ ਰੋਈ ਜਾਂਦੀ ਏ ਪਈ ਅੰਮਾ ਰੋਈ ਜਾਂਦੀ ਏ ਪਈ ਆਂਦੀ ਏ ਵੇ ਆਉਣ ਵਾਲਿਆ ਵੇ ਪੁੱਛਣ ਵਾਲਿਆ ਵੇ ਮੇਰੇ ਕੋ ਸਵਾਲ ਕਰਨ ਵਾਲਿਆ ਤੂੰ ਪਹਿਲੀ ਵਾਰ ਨਹੀਂ ਆਇਆ ਰੋਜ਼ ਹੀ ਕੋਈ ਨਾ ਕੋਈ ਆ ਕੇ ਮੈਨੂੰ ਐਵੇਂ ਦੀ ਗੱਲ ਪੁੱਛਦਾ ਏ ਰੋਜ਼ਾਨਾ ਹੀ ਕੋਈ ਨਾ ਕੋਈ ਆ ਕੇ ਮਾਜਰਾ ਮੇਰੇ ਕੋਲ ਪੁੱਛਦਾ ਏ ਮੇਰਾ ਦਿਲ ਕੰਬ ਜਾਂਦਾ ਏ ਮੈਂ ਚੀਖਾਂ ਮਾਰ ਮਾਰ ਰੋਂਦੀ ਆ ਇਹ ਅੰਮਾ ਗੱਲ ਕੀ ਏ ਮੈਨੂੰ ਵੀ ਦੱਸ ਨਾ ਦਰਾ ਤੇ ਮਾਂ ਦੀਆਂ ਆਈ ਨਿਕਲੀਆਂ ਰੋ ਕੇ ਕਹਿਣ ਲੱਗੀ ਵੇ ਪੁੱਛਣ ਵਾਲਿਆ ਵੇ ਰਾਇਆ ਇੱਕ ਹੋਰ ਨਹੀਂ ਮੇਰਾ ਜੰਮਿਆ ਲਾਲ ਏ ਮੇਰਾ ਪੁੱਤਰ ਏ ਮੇਰਾ ਲਖਤ ਜਿਗਰ ਏ ਇਹ ਮੇਰਾ ਜਵਾਨ ਪੁੱਤਰ ਏ ਇਹ ਰੱਬ ਦਾ ਬਲੀ ਔਰ ਹੈਰਾਨ ਹੋ ਗਿਆ ਕਹਿੰਦਾ ਅੰਮਾ ਖੈਰ ਹੋਵੇ ਗੱਲ ਕੀ ਏ ਕਿਉਂ ਇਹ ਮਾਮਲਾ ਬਣਿਆ ਅੰਮਾ ਰੋਂਦੀ ਰੋਂਦੀ ਕਹਿਣ ਲੱਗੀ ਇਹ ਮੇਰਾ ਪੁੱਤਰ ਸ਼ਰਾਬਾਂ ਪੀਂਦਾ ਸੀ ਜੂਏ ਖੇਡਦਾ ਸੀ ਰਹਿਮਾਨ ਦੀਆਂ ਨਾ ਫਰਮਾਨੀਆਂ ਕਰਦਾ ਸੀ ਅਜ਼ਾਨਾਂ ਹੁੰਦੀਆਂ ਹੁੰਦੀਆਂ ਸਨ ਤੇ ਸ਼ਰਾਬਾਂ ਚ ਧੁੱਤ ਰਹਿੰਦਾ ਸੀ ਨਮਾਜ਼ਾਂ ਦਾ ਵੇਲਾ ਲੰਘਦਾ ਸੀ ਸ਼ਰਾਬਾਂ ਚ ਨਸ਼ਿਆਂ ਚ ਧੁੱਤ ਰਹਿੰਦਾ ਸੀ ਜੂਏ ਖੇਡਦਾ ਸੀ ਤੇ ਕਬਰਾਂ ਚ ਰਹਿੰਦਾ ਸੀ ਬਦਮਾਸ਼ੀਆਂ ਕਰਦਾ ਸੀ ਮੈਂ ਅਜ਼ਾਨ ਦਾ ਟਾਈਮ ਹੋਣਾ ਤੇ ਮੈਂ ਆਖਣਾ ਪੁੱਤਰ ਜਾ ਹੁਣ ਤੇ ਅੱਲਾ ਤੋਬਾ ਕਰ ਲੈ ਹੁਣ ਤੇ ਛੱਡ ਦੇ ਰਹਿਮਾਨ ਦੀਆਂ ਨਾ ਫਰਮਾਨੀਆਂ ਹੁਣ ਤੇ ਰਹਿਮਾਨ ਨਾਲ ਸੁਲਾ ਕਰ ਲੈ ਹੁਣ ਤੇ ਰਹਿਮਾਨ ਦੇ ਦਰ ਤੇ ਚਲਾ ਜਾ ਹੁਣ ਤੇ ਮਾਲਕ ਨੂੰ ਮਨਾ ਲੈ ਹੁਣ ਤੇ ਤੋਬਾ ਕਰ ਲੈ ਹੁਣ ਤੇ ਅਜ਼ਾਨਾਂ ਪਈਆਂ ਹੁੰਦੀਆਂ ਨੇ ਹੁਣ ਤੇ ਸੱਦੇ ਪਏ ਹੁੰਦੇ ਨੇ ਹੁਣ ਤੇ ਬੁਲਾਵੇ ਪਏ ਹੁੰਦੇ ਨੇ ਹੁਣ ਤੇ ਚਲਾ ਜਾ ਤੈਨੇ ਆਖਣਾ ਮਾਂ ਤੂੰ ਕੀ ਹਰ ਵੇਲੇ ਭੌਂਕਦੀ ਰਹਿੰਦੀ ਏ ਖੋਤੀਆਂ ਵਾਂਗ ਨਕਦੀ ਰਹਿੰਦੀ ਏ ਨਊਜ਼ ਬਿੱਲਾ ਮਾਂ ਨੂੰ ਇੰਨੀ ਗੱਲ ਕਰਦਾ ਏ ਪਿਆ ਪਿਆ ਮਾਂ ਦੇ ਬਾਰੇ ਐਵੇਂ ਦੇ ਜੁਮਲੇ ਪਿਆ ਕਹਿੰਦਾ ਤੇ ਹਰ ਜਦੋਂ ਵੀ ਮਾਂ ਕੇ ਮਾਂ ਕਹਿਣ ਲੱਗੀ ਮੈਂ ਜਦੋਂ ਵੀ ਇਹਨੂੰ ਇੰਨੀ ਗੱਲ ਕਰਨੀ ਇਹਨੇ ਉਦੋਂ ਹੀ ਮੈਨੂੰ ਇਹ ਜੁਮਲੇ ਕਹਿ ਦੇਣੇ ਇੱਕ ਵਕਤ ਉਹ ਵੀ ਆਇਆ ਏ ਆਸਮਾਨਾਂ ਤੋਂ ਮਲਕੁਲ ਮੌਤ ਆ ਗਿਆ ਏ ਇਹ ਦੁਨੀਆਂ ਤੋਂ ਟੁਰ ਗਿਆ ਏ ਕਬਰਸਤਾਨਾਂ ਤੇ ਦਫ਼ਨ ਕਰ ਦਿੱਤਾ ਗਿਆ ਹੁਣ ਰੋਜ਼ਾਨਾ ਕੋਈ ਨਾ ਕੋਈ ਇੱਥੋਂ ਲੰਘਦਾ ਏ ਕਬਰ ਫਟਦੀ ਏ ਨਿਕਲਦਾ ਤੇ ਸਰ ਗਧਿਆਂ ਵਾਲਾ ਤੇ ਤਾੜ ਇਨਸਾਨਾਂ ਵਾਲਾ ਅੱਲਾ ਇਹਨੇ ਗੁੱਸੇ ਚ ਨੇ ਰਹਿਮਾਨ ਨੇ ਇਬਰਤ ਦਾ ਨਿਸ਼ਾਨ ਬਣਾ ਛੱਡਿਆ ਅੱਲਾ ਪਾਕ ਨੇ ਸਬਕ ਬਣਾ ਛੱਡਿਆ ਏ ਦੁਨੀਆਂ ਨੂੰ ਦੱਸ ਛੱਡਿਆ ਕਿ ਮਾਂ ਬਾਪ ਦਾ ਗੁਸਤਾਖ ਮੈਨੂੰ ਵਾਰਾ ਨਹੀਂ ਖਾਂਦਾ ਮਾਂ ਬਾਪ ਦਾ ਬੇਅਦਬ ਮੈਨੂੰ ਵਾਰਾ ਨਹੀਂ ਖਾਂਦਾ ਓ ਸੱਜਣਾ ਓ ਮਾਪਿਆਂ ਤੇ ਗੁਸਤਾਖ ਕਈ ਐਸੇ ਬਦ ਬਖਤ ਵੀ ਐ ਨੇ ਮਾਂ ਬਾਪ ਨੂੰ ਧੱਕੇ ਮਾਰ ਮਾਰ ਕਰਾਂ ਡੁੱਗਣ
ਕਰਦੇ ਨੇ, ਬੁੱਢੀਆਂ ਮਾਵਾਂ ਨੂੰ ਧੱਕੇ ਮਾਰਦੇ ਨੇ। ਪਸ਼ਾਵਰ ਦੇ ਅੰਦਰ ਜਨਾਬੇ ਵਾਲਾ ਇੱਕ ਮਾਂ ਹੈ, ਲੋਕਾਂ ਦੇ ਘਰਾਂ ਦੇ ਅੰਦਰ ਬਰਤਨ ਪੀ ਮਾਂਜਦੀ ਹੈ, ਕੰਮ ਕਰਦੀ ਹੈ ਪਈ। ਮੌਲਵੀ ਸਾਹਿਬ ਨੇ ਗੱਲ ਸੁਣਾਈ, ਉਸ ਅੰਮਾ ਨੂੰ ਪੁੱਛਿਆ ਗਿਆ, ਅੰਮਾ ਕੀ ਗੱਲ ਹੈ, ਔਲਾਦ ਕੋਈ ਨਹੀਂ, ਕੁੱਤੀ ਪੁੱਤ ਕੋਈ ਨਹੀਂ, ਰੁਲਦੀ ਫਿਰਨੀ ਏ, ਤੱਕੇ ਖਾਂਦੀ ਫਿਰਨੀ ਏ, ਰਹਿਣ ਨੂੰ ਛੱਤ ਕੋਈ ਨਹੀਂ, ਅੱਲਾ ਅੱਲਾ ਲੋਕਾਂ ਦੇ ਬਰਤਨ ਮਾਣ ਕੇ ਗੁਜ਼ਾਰਾ ਕਰਨੀ ਏ ਬਈ। ਤੇ ਅੰਮਾ ਦੀਆਂ ਹੀ ਨਿਕਲੀਆਂ, ਰੋ ਕੇ ਕਹਿਣ ਲੱਗੀ, ਜਦੋਂ ਔਲਾਦਾਂ ਨਾ ਫਰਮਾਨ ਨਿਕਲ ਆਉਣ ਤੇ ਮਾਂ ਬਾਪ ਰੋਲੀ ਜਾਂਦੇ ਨੇ, ਮਾਂ ਬਾਪ ਧੱਕਿਆਂ ਚੋਂ ਕਈ ਰਹਿ ਜਾਂਦੇ ਨੇ, ਔਰ ਜਵਾਨਾਂ ਕਦੇ ਮਾਂ ਬਾਪ ਨੂੰ ਜੱਗ ਦੇ ਧੱਕੇ ਨਾ ਪੈਣ ਦੇਵੀ, ਕਦੇ ਮਾਂ ਬਾਪ ਨੂੰ ਠੋਕਰਾਂ ਨਾ ਵੱਜਣ ਦੇਵੀ, ਔਰ ਕਦੇ ਮਾਂ ਬਾਪ ਨੂੰ ਰੁਲਣ ਨਾ ਦੇਵੀ, ਕਦੇ ਮਾਂ ਬਾਪ ਨੂੰ ਬੜਾਪਿਆਂ ਤੇ ਕੱਲਿਆਂ ਨਾ ਛੱਡੀ, ਕਦੇ ਮਾਂ ਬਾਪ ਨੂੰ ਤਨਹਾ ਨਾ ਛੱਡਿਆ ਕਰ, ਕਦੇ ਮਾਂ ਬਾਪ ਨੂੰ ਬਿਮਾਰੀਆਂ ਲਈ ਕੱਲਿਆਂ ਨਾ ਛੱਡਿਆ ਕਰ, ਕਦੇ ਮਾਂ ਬਾਪ ਨੂੰ ਠੋਕਰਾਂ ਲਈ ਕੱਲਿਆਂ ਨਾ ਛੱਡਿਆ ਕਰ। ਤੈਨੂੰ ਮਾਂ ਬਾਪ ਨੇ ਕਦੀ ਬਚਪਨ ਚ ਕੱਲਿਆਂ ਨਹੀਂ ਸੀ ਛੱਡਿਆ, ਤੇਰੀ ਅੰਮੀ ਤੈਨੂੰ ਸੀਨੇ ਨਾਲ ਲਾਈ ਰੱਖਦੀ, ਤੇਰਾ ਆਪੂ ਤੈਨੂੰ ਕੰਧਿਆਂ ਤੇ ਚੁੱਕੀ ਰੱਖਦਾ, ਤੇਰੇ ਮਾਂ ਬਾਪ ਤੈਨੂੰ ਕੰਧਿਆਂ ਤੇ ਉਠਾਈ ਰੱਖਦੇ, ਤੇਰੇ ਮਾਂ ਬਾਪ ਤੈਨੂੰ ਸੀਨੇ ਨਾਲ ਲਾਈ ਰੱਖਦੇ, ਆਪ ਗਿੱਲੀ ਜਗ੍ਹਾ ਤੇ ਹੁੰਦੇ ਤੈਨੂੰ ਸੁੱਕੀ ਜਗ੍ਹਾ ਤੇ ਪਾਉਂਦੇ, ਆਪ ਧੁੱਪਾਂ ਚ ਰਹਿੰਦੇ ਤੈਨੂੰ ਏਸੀਆਂ ਚ ਪਾਉਂਦੇ, ਆਪ ਪੁਰਾਣੇ ਪਾਉਂਦੇ ਤੈਨੂੰ ਨਵੇਂ ਪਵਾਉਂਦੇ, ਆਪ ਫਟੇ ਪਵਾਂ ਪਾਉਂਦੇ ਤੈਨੂੰ ਚੰਗੇ ਪਵਾਉਂਦੇ, ਆਪ ਮਾੜੇ ਪਾਉਂਦੇ ਤੈਨੂੰ ਬ੍ਰਾਂਡਾਂ ਦੇ ਪਵਾਉਂਦੇ, ਆਪ ਸੁੱਕੀਆਂ ਖਾਂਦੇ ਤੈਨੂੰ ਗਿੱਲੀਆਂ ਖਵਾਉਂਦੇ, ਆਪ ਬੋਰੀਆਂ ਚੁੱਕਦੇ ਤੈਨੂੰ ਕਾਲਜਾਂ ਚ ਪੜਾਉਂਦੇ, ਆਪ ਜਨਾਬੇ ਵਾਲਾ ਉਹੀ ਇਸਤਰੀ ਕਰਕੇ ਉਹੀ ਧੋ ਕੇ ਪਾ ਲੈਂਦੇ, ਤੈਨੂੰ ਨਵੇਂ ਸਿਲਾਈ ਕਰਵਾ ਕੇ ਦੇਂਦੇ, ਉਹ ਤੇਰੇ ਨਾਲ ਇੰਨੀਆਂ ਮੁਹੱਬਤਾਂ ਕਰਦੇ ਰਹਿਣ, ਅਰ ਜਵਾਨ ਹੋ ਗਿਆ ਜਵਾਨਾ, ਕਿਸੇ ਮੈਦਾਨ ਚ ਮਾਂ ਬਾਪ ਨੂੰ ਨਾ ਭੁੱਲਿਆ ਕਰ, ਮਾਂ ਬਾਪ ਨੂੰ ਕੱਲਿਆਂ ਨਾ ਛੱਡਿਆ ਕਰ, ਮਾਂ ਬਾਪ ਨੂੰ ਤਨਹਾ ਨਾ ਛੱਡਿਆ ਕਰ। ਗੌਰ ਕਰੋ ਤੇਰਾ ਤੇ ਮਾਂ ਰੋ ਕੇ ਆਉਂਦੀ ਏ, ਜਦੋਂ ਪੁੱਤਰ ਨਾ ਫਰਮਾਨ ਨਿਕਲ ਆਉਣ ਤੇ ਮਾਵਾਂ ਰੋਲੀ ਜਾਂਦੀਆਂ ਨੇ, ਕੀ ਕਰਨਾ ਐਸੇ ਜਵਾਨਾਂ ਦਾ। ਓਏ ਤੇ ਮੈਂ ਰੁਕ ਕੇ ਗੱਲ ਕਰਕੇ ਜਾਵਾਂ ਤੇ ਦਰਦ ਨਾਲ ਕਰਕੇ ਜਾਵਾਂ, ਹਵੇਲੀ ਵਾਲਿਓ ਸੁਣਿਆ ਨੇ, ਸਿਆਣੇ ਬੰਦੇ ਬੈਠੇ ਹੋ, ਜਵਾਨ ਬੈਠੇ ਹੋ, ਔਲਾਦਾਂ ਵਾਲੇ ਬੈਠੇ ਹੋ, ਖੁਦਾ ਦਾ ਨਾਂ ਨੇ ਅੜ ਤੁਹਾਡੀਆਂ ਖਾਸਾਂ ਨੇ, ਮੇਰਾ ਪੁੱਤਰ CSS ਕਰ ਜਾਏ, ਮੇਰਾ ਪੁੱਤਰ MBBS ਕਰ ਜਾਏ, ਮੇਰਾ ਪੁੱਤਰ ਫਲਾਂ ਡਿਗਰੀ ਲੈ ਆਵੇ, ਮੇਰਾ ਪੁੱਤਰ ਡਾਕਟਰ ਬਣ ਜਾਏ, ਮੇਰਾ ਪੁੱਤਰ ਫਲਾਂ ਅਹੁਦੇ ਤੇ ਅੱਪੜ ਜਾਏ, ਮੇਰਾ ਪੁੱਤਰ ਯੂਨੀਵਰਸਿਟੀਆਂ 'ਚ ਪੜ ਜਾਏ, ਹਾਂ ਹਾਂ ਦੁਨੀਆ ਪੜਾਇਆ ਕਰ, ਪਰ ਮੈਂ ਇੱਕ ਤਰਲਾ ਲਵਾਂ ਆਪਣੇ ਪੁੱਤਰਾਂ ਤੇ ਬੇਟੀਆਂ ਨੂੰ, ਪਹਿਲਾਂ ਕੁਰਾਨ ਪੜਾਵੀਂ, ਬੁਖਾਰੀ ਤੇ ਮੁਸਲਿਮ ਪੜਾਵੀਂ, ਹਦੀਸ ਪੜਾਵੀਂ, ਮੁਹੰਮਦ ਦਾ ਨੌਕਰ ਬਣਾਵੀਂ ਤੇ ਨਮਾਜ਼ੀ ਬਣਾਵੀਂ, ਤੌਹੀਦ ਪਰਸਤ ਬਣਾਵੀਂ। ਜਿਹੜੇ ਵੇਲੇ ਪੁੱਤਰ ਡਾਕਟਰ ਬਣ ਕੇ ਆ ਜਾਂਦਾ, ਅਸਾਂ ਐਵੇਂ ਦੇ ਮਾਜਰੇ ਧੱਕੇ ਨੇ ਲੋਕੋ, ਜਿਹੜੇ ਵੇਲੇ ਜਨਾਬੇ ਵਾਲਾ ਪੁੱਤਰ ਡਾਕਟਰ ਬਣ ਕੇ ਆ ਜਾਂਦਾ, ਪੁੱਤਰ ਕਮਿਸ਼ਨਰ ਬਣ ਕੇ ਆ ਜਾਂਦਾ, ਪੁੱਤਰ ਕਿਤੇ ਦੁਨੀਆ ਵੀ ਉਹਦੇ ਤੇ ਫਾਇਦ ਹੋ ਕੇ ਘਰ ਆ ਜਾਂਦਾ, ਤੇ ਪੁੱਤਰ ਦੀਆਂ ਆਂਕੜਾਂ ਹੀ ਨਹੀਂ ਮਾਣ ਹੁੰਦੀਆਂ, ਮਾਂ ਵੀ ਡਰ ਡਰ ਕੇ ਗੱਲ ਕਰਦੀ ਹੈ, ਮੇਰਾ ਪੁੱਤਰ ਕਿਤੇ ਨਾਰਾਜ਼ ਨਾ ਹੋ ਜਾਏ, ਮੇਰਾ ਪੁੱਤਰ ਕਿਤੇ ਰੋਸ ਨਾ ਡਏ, ਮੇਰਾ ਪੁੱਤਰ ਕਿਤੇ ਸਾਨੂੰ ਛੱਡ ਕੇ ਨਾ ਟੁਰ ਜਾਏ। ਮੈਂ ਬੜੇ ਬੜੇ ਮਾਂ ਬਾਪ ਨੂੰ ਐਵੇਂ ਰੁਲਦਿਆਂ ਵੇਖਿਆ ਹੈ, ਆਪਣੇ ਆਪ ਭੁੱਖਿਆਂ ਰਹਿ ਰਹਿ ਕੇ ਪੁੱਤਰ ਨੂੰ ਕਿਸੇ ਮੁਕਾਮ ਤੇ ਪੁਟਾਇਆ, ਸਾਰੀ ਸਾਰੀ ਰਾਤ ਤਰਲੇ ਲੈ ਕੇ ਰਹਿਮਾਨ ਦੇ ਅੱਲਾ ਪੁੱਤਰ ਨੂੰ ਫੁਲਾਉ ਤੇ ਪੁਜਾ ਦੇ, ਤੇ ਜਦੋਂ ਪੁੱਤਰ ਉਹਦਿਆਂ ਤੇ ਪਹੁੰਚਿਆ ਤੇ ਮਾਂ ਬਾਪ ਨੂੰ ਛੱਡ ਕੇ ਦਫਾ ਹੋ ਗਿਆ ਹੈ, ਮਾਂ ਬਾਪ ਨੂੰ ਛੱਡ ਕੇ ਨਿਕਲ ਗਿਆ ਹੈ, ਪੁੱਤਰ ਕੁਰਸੀਆਂ ਤੇ ਬਹਿ ਜਾਣ, ਦਫ਼ਤਰਾਂ ਤੇ ਬਹਿ ਜਾਣ, ਮਾਵਾਂ ਪਿੰਡਾਂ ਚੋਂ ਉੱਠਣ ਤੇ ਚਾਵਾਂ ਨਾਲ ਮਾਂ ਮਿਲਣ ਗਈ ਏ, ਆਪਣੇ ਖਾਮਦ ਨੂੰ ਨਾਲ ਲਿਆ ਏ, ਅੱਲਾ ਅੱਲਾ ਨਾਲ ਲੈ ਕੇ ਟੁਰ ਪਈ ਏ, ਮੈਨੂੰ ਚਾਹ ਬੜੇ ਨੇ, ਮੇਰਾ ਪੁੱਤਰ ਕੁਰਸੀ ਤੇ ਬਹਿ ਗਿਆ ਹੈ, ਮੇਰਾ ਪੁੱਤਰ ਕਮਿਸ਼ਨਰ ਬਣ ਗਿਆ ਹੈ, ਮੇਰਾ ਪੁੱਤਰ ਵਕੀਲ ਬਣ ਗਿਆ ਹੈ, ਮੇਰਾ ਪੁੱਤਰ ਜੱਜ ਬਣ ਗਿਆ ਹੈ, ਮੈਂ ਵੀ ਤੇ ਵੇਖਾਂ ਮੇਰਾ ਪੁੱਤਰ ਕਿੱਡਾ ਸੋਹਣਾ ਲੱਗਦਾ ਹੈ, ਮਾਂ ਪਿੱਛੋਂ ਐਨ ਨਿੱਕਾ ਜਿਹਾ ਡੱਬਾ ਮਿਠਾਈ ਦਾ ਲੈ ਕੇ ਤੇ ਮਗਰ ਟੁਰ ਪਈ ਏ, ਐਨ ਪੁੱਤਰ ਦੇ ਦਫ਼ਤਰ ਦੀ ਅੱਗੇ ਆਈ ਏ, ਅੱਗੇ ਚੌਕੀਦਾਰ ਖੜਾ ਏ,
کنے سارے ایسے واقعات پاکستان دے اندر موجود نے، ماں آئیے نال باپ دا جناب والا اندر جان لگے نے تو سراواں ڈک لیاں ٹوکیدار نے کون ہو تسی اونا کڈا اندر جا کے دسی اونوں کہ تیرے ماں باپ آئے نے، ادھر جناب والا چوکیدار اندر گیا ہے تے پتر نے آکھیا انہاں نوں موڑ دے، انہاں نوں کہ مصروف ہے میں نہیں ملنا جاندا، اینی گل کیتی چوکیدار نے باہر آ کے تے ماں دیاں کنج اتھرو چمکائے نے، تے باپ اپنا چہرہ لوکاں دا پھردا ہے تے کہن لگی ماں او چوکیدار تینوں بھلیکھا لگ گیا ہے، میرا پتر مینوں پہچان نہیں سکیا، پر آو میں آپ جانی اپنے پتر نوں میرے لینی آ، ماں اگے ودھ کے اندر گئی ہے، پتر اندر یاراں تے سجناں تے بیٹھا ہویا ہے، اللہ اللہ جڑے ویلے اندر گئے نے دوویں جی تے پتر فٹافٹ ہے پرو کے غصے تے آ کے کھڑا ہو گیا ہے، اما تو کی میرے پیچھے آ گئی ہے، ابا تو تے سیاںا سے تانوں نہیں پتہ تسی کتے آ گئے ہو، ایتھے تواڈے اون دا ٹائم کوئی نہیں، تسی ایتھے میری انسلٹ ہو جاوے گی، بےزتی ہو جائے گی کہ پینڈو دے ماں باپ نے تے پیچھے ماپے ہوندے نے گڈیاں تے کاراں دے، تسی کیویں پینڈو دے بن کے آ گئے ہو، جانتے ہو جدوں اولاد کامیاب ہووے تے ماں باپ نوں اینے جملے کہے تے ماں باپ اودھر ہی مر جاندا ہے، ماں باپ اودھر ہی اندروں اندر ختم ہو جاندا ہے، او پتر کامیاب ہون تے ماپیاں دے چاہ ہی نہیں مکدے، ماں باپ تے پتراں نوں کامیابیاں دیاں سیڑھیاں چڑھ کے ویندیاں ہون جوان ہو جاندا ہے، تے جدوں پتر ایویں دیاں کو گلاں کرن تے ماپے زندہ لاش رہ جاندے نے، اتھوں دوویں جی روندے روندے اترو لکاندے نکلے نے، رات اندر اے جنابے والا پچھ گل کردے آئے نے، او جاننا اے جنہاں جنابے والا پتراں نوں ایویں پڑھایا لکھایا ہووے جدوں پتر ایویں دے سلوک کرنا تے ماں باپ تا پھر جین نوں ہی دل نہیں کردا، اللہ اللہ غور کرو نا نرا، اس واسطے اپنے پتراں نوں جنابے والا او سکول وی پڑھاندیو پر قرآن وی پڑھایا کرو، حدیث وی پڑھایا کرو، میرے نبی پاک دے فرامین وی پڑھایا کرو، پتر جڑے ویلے عالم بن جاندا ہے، پتر جڑے ویلے قرآن پڑھ جاندا ہے، پتر جڑے ویلے مولوی بن جاندا ہے، پتر جڑے ویلے کاری بن جاندا ہے، گھر آؤندا ہے تے پھر ماپیاں نوں نہیں ڈرنا پیندا، پھر پتر ڈردا ہے میری امی ناراض نہ ہو جائے، کتے میرا اپو ناراض نہ ہو جائے، کتے میرے ماں باپ ناراض نہ ہو جان، اینوں پتہ ہوندا ہے کہ ماں باپ ناراض ہو گئے تے مینوں عزتاں دین والا میرا خالق ناراض ہو جائے گا، اس واسطے اپنے بیٹے تے بیٹیاں نوں قرآن ضرور پڑھایا کرو، حدیث ضرور پڑھایا کرو، میرے وال ویکھیا تے دلا تے میں پشاور دی اماں دی گل پیا سنانا، رو کے آندی ہے جدوں پتر نا فرمان نکل آن تے پھر ماواں رولی جاندیاں نے، کہن لگی میں اپنے پتر نوں ڈاکٹر بنایا، میری خواہش میرا پتر ڈاکٹر بن جائے، کسے مقام تے پہنچ جائے، پتر ڈاکٹر بن گیا ہے، ایم بی بی ایس بن گیا ہے، میں پتر دی شادی کیتی ہے، نورانی آ گئی ہے وہ بھی میں ڈاکٹر لے کے آئی ہاں، جڑے ویلے وہ بھی آ گئی ہے، تھوڑا جہ وقت گزریا تے دوواں جیاں بہ کے صلاح کیتی ہے، اللہ اللہ صلاح کیتی ہے کہ مکان پرانا پرانا ہو گیا ہے، اینوں نواں نواں کر لویے، مکان نواں نواں کر لیا ہے، ہن ایتیاں چیزاں پرانیاں ہو گئیاں نے، پرانیاں چیزاں کڈ دیویے تے نویاں چیزاں لے آویے، اے کہن لگی چیخ مار کے آندی ہے میرے پتر نے مینوں وی پرانیاں سمجھ کے تکے مار کے گھروں کڈ چھڈیا ہے، مینوں وی تکے دے کے گھروں بے دخل کر چھڈیا ہے، جس ماں نے پڑھایا لکھایا ہے بد بخت نے اونوں ہی کڈ چھڈیا ہے، جدیاں وی گستاخ تے نا فرمان اولاداں ہے نے، انج دیاں وی بد بخت اولاداں ہے نے، دھیان کرنا ذرا غور کر تے جانا جوانا، میں محبت نہ کواں فلا تقل لهما اف ولا تنهرهما وقل لهما قولا کریما، اے ماں باپ
बाप नूं उफ भी ना करया कर, मां बाप नूं जरा ना सताया कर, मां बाप दी जरा बेकदरी ना करया कर, मां बाप नूं ना तड़पाया कर, मां बाप दा दिल जरा ना दुखाया कर, मां बाप नूं अहमियत दया कर, मां बाप नूं वक्त दया कर, मां बाप नूं मुहब्बत दया कर, मां बाप नूं अदब दया कर, मां बाप नूं इज्जत दया कर, मां बाप नूं ख्याल दया कर, मां बाप नूं कुर्बत दया कर, मां बाप नूं फ्रेगनेंस दया कर, मां बाप नाल वक्त बिताया कर, मां बाप नाल खाने खाया कर, मां बाप नाल सैरां नूं जाया कर, मां बाप नाल शॉपिंग ते जाया कर, मां बाप नाल ईदां बिताया कर, मां बाप नाल खुशियां गुजारिया कर, मां बाप नाल सुबह दा आगाज करिया कर, मां बाप नाल शाम दा इख्तिताम करिया कर, मां बाप नाल नमाज़ां पढ़िया कर, मां बाप नूं अपने हत्थ नाल खाने खिलाया कर, मां बाप लई शौक नाल को कपड़ा जुत्ती लै आया कर, मां बाप लई शौक नाल को चीज़ां खरीद के लै आया कर, मां बाप लई रात नूं डांदियां को तोहफे लै आया कर, मां बाप लई शौक ते लोक नाल कुछ ना कुछ लै के इन्हां दी खिदमत च पेश कर दिया कर, राजी हो जांदे ने, इन्हां चीज़ां दी को असीयत ते नहीं हुंदी, पर इन्हे नाल मां बाप दे दिलों दुआवां निकलदियां ने कि पुत्तर साडा फिक्र करदा साडी, पुत्तर साडा ख्याल करदा साडी, पुत्तर साडा मुहब्बत करदा है, पुत्तर साडा एहसास करदा है, पुत्तर साडी कदर करदा है, और सोणिया ना कदर होवे ते कदे उहनां नूं पुछी जिन्हां दे वेड़े बाप तों खाली हो गए ने, कदी उहनां नूं पुछी जिन्हां दे वेड़े मावां तों खाली हो गए ने, और मैं ते का करना वा ओ घर घराने वाले हो जवानों, जिहड़े वेले बंदा घर दे अंदर पैर पाउंदा है सारे नजर आउंदे ने, सब रिश्ते नजर आउंदे ने, ते मां नजर ना आवे ते बेसाख्त ही निकलदा है, अज अम्मी जी किथे ने, अज अबू जान किथे ने, नजर नहीं आउंदे पै, ए रिश्ता ही एवें दा है, ते घराने दौलतां नाल नहीं फब्या करदे, घराने ना गड्डियां ते कारां हीरे ते जवाहरात ते दौलतां दे वरात नाल नहीं फब्या करदे, जानना है घराने फबदे ने ते मां जैसी वार नाल फबदे ने, बाप जैसी दौलत नाल फब्या करदे ने, खुशियां च रौनक तां बहार पाउंदी है, ते मां भी नजर आवे बाप भी नजर आवे तां जनाबे वाला बहारां ते खुशियां होंदियां ने, ओनू पुछ जिहदी खुशी दे मौके ते मां कोई नहीं, जिहदी खुशी दे मौके ते बाप कोई नहीं, ओनू पुछ जिहदियां कामयाबियां ते कामयाबियां वेखण वाली मां टुर गई है, जिहदियां कामयाबियां वेखण वाला बाप चला गया है, ओनू पुछ मां बाप किड्डी वड्डी नेमत होया करदे ने, अल्लाह लाउनू पुछ मां बाप दी कमी की होया करदी है, इधर मेरे वल वेखिया ते जरा इक जवान यार सज्जन नाल ने ते शोरूम चो निकलिया है, एन जनाबे वाला गड्डी नवी लैन आया है, अल्लाह पाक ने दिता है ते अज गड्डियां खरीदन आ गया है, शोरूम तो बाहर खड़ा है, एन जनाबे वाला मैनेजर ने आख्या लो साहब जी टराई लवो गड्डी दी, गड्डी दे अंदर बह गया है ते बह के गड्डी टोरदा कोई नहीं पिया, सारे वेंदे ने पै हुणे टोरेगा, ते गड्डी ते बह के चीखा मार मार रोई जांदा है पिया, चीखा मार मार के रोई जांदा है पिया, यारा सजना ने अग्गियो के पुछया उहनां का खैर होवे, अज अल्लाह ने नेमत दित्ती है, अज क्यों रोना है पिया, अज ते खुशियां दे मौके ने, अज क्यों रोना है पिया, चीख मार के आंदा है अज क्यों ना रोवा, मैनू अपना बचपन याद आ गया, जदों मेरा आपू मैनू कंधियां ते चुक के स्कूलां च छड़ के आंदा रहा, जदों मैनू साइकलां ते बटा के मेरा बाप लई फिरदा सी, जदों मेरी मां मैनू सीने ना ला के पैदल सफर करती रहिंदी सी,
ਉਂਗਲੀ ਲਾ ਕੇ ਟੋਰਦੀ ਸੀ ਮੈਂ ਥੱਕ ਜਾਂਦਾ ਸਾਂ ਮਾਮਾ ਮੈਂ ਥੱਕ ਗਿਆ ਵਾਂ ਤੇ ਮੇਰੀ ਅੰਮੀ ਮੈਨੂੰ ਕੰਨ ਆਪਣੇ ਸੀਨੇ ਨਾਲ ਲਾ ਲੈਂਦੀ ਸੀ ਮੇਰਾ ਪੁੱਤਰ ਕਾਹਨੂੰ ਥੱਕਦਾ ਹੈ ਆਂਦਾ ਅੱਜ ਅੱਲਾ ਨੇ ਗੱਡੀ ਦਿੱਤੀ ਹੈ ਤੇ ਮੇਰਾ ਜੀ ਕਰਦਾ ਮੈਂ ਅੰਮੀ ਨੂੰ ਇੱਥੇ ਬਿਠਾਵਾਂ ਤੇ ਦੁਆਵਾਂ ਕਰਾਵਾਂ ਮੈਂ ਆਪਣੇ ਬਾਪ ਨੂੰ ਇੱਥੇ ਬਿਠਾਵਾਂ ਤੇ ਨਾਲੇ ਦੁਆਵਾਂ ਕਰਾਵਾਂ ਤੇ ਨਾਲੇ ਸ਼ਹਿਰਾਂ ਕਰਾਵਾਂ ਅੱਜ ਮੈਨੂੰ ਮਾਂ ਬਾਪ ਯਾਦ ਆਉਂਦੇ ਨੇ ਪੈ ਪਰ ਲੋਕੋ ਇਹ ਮਰਜ਼ੀਆਂ ਨੇ ਮੇਰੇ ਰਹਿਮਾਨ ਦੀਆਂ ਇਹ ਮਰਜ਼ੀਆਂ ਨੇ ਮੇਰੇ ਖਾਲਕ ਦੀਆਂ ਕਈ ਦਫ਼ਾ ਮਾਂ ਬਾਪ ਪੁੱਤਰਾਂ ਤੇ ਧੀਆਂ ਦੀਆਂ ਕਾਮਯਾਬੀਆਂ ਖੁਸ਼ੀਆਂ ਮੰਗਦੇ ਮੰਗਦੇ ਕਬਰੀ ਡਾ ਪੈਂਦੇ ਨੇ ਰੱਬ ਵੇਖਣਾ ਨਸੀਬ ਨਹੀਂ ਕਰਦਾ ਮਰਜ਼ੀ ਹੈ ਨਾ ਮੇਰੇ ਰਹਿਮਾਨ ਦੀ ਉਹਦੇ ਸਾਹਮਣੇ ਕਿਦਾਂ ਬਸ ਚੱਲਦਾ ਏ ਉਹਨੂੰ ਕੌਣ ਪੁੱਛੇ ਤੂੰ ਇੰਜ ਨਹੀਂ ਤੇ ਇੰਜ ਕਰਨਾ ਕਿਤੇ ਯਾਦ ਆਏ ਮੇਰੇ ਤੇਰੇ ਮੁਰਸ਼ਦ ਕਰੀਮ ਬਚਪਨ ਉਮਰ ਏ 6 ਸਾਲ ਦੀ ਉਮਰ ਏ ਮੁਕਾਮੇ ਅਬਵਾ ਏ ਇਹ ਦਰਜਨਾਬੇ ਵਾਲਾ ਮੁਕਾਮੇ ਅਬਵਾ ਦਾ ਮੌਕਾ ਤੇ ਮੇਰੇ ਪੈਗੰਬਰ ਆਪਣੀ ਅੰਮੀ ਦੇ ਲਾਗੇ ਨੇ ਭਾਈ ਉਮੇ ਅਮਨ ਨਾਲ ਏ ਤੇ ਮੇਰੇ ਆਕਾ ਐਨ ਆਪਣੀ ਅੰਮੀ ਨੂੰ ਵੇਂਦੇ ਨੇ ਪੈ ਆਖਰੀ ਟਾਈਮ ਏ ਤੇ ਮਾਂ ਐਨ ਆਪਣੇ ਲਾਲ ਮੁਹੰਮਦ ਨੂੰ ਸੀਨੇ ਨਾਲ ਲਾਂਦੀ ਏ ਵੀ ਸੱਲੱਲਾਹੁ ਅਲੈਹਿ ਵਸੱਲਮ ਕਦੀ ਮੇਰੇ ਪੈਗੰਬਰ ਮਾਂ ਦੀ ਛਾਤੀ ਤੇ ਸਰ ਰੱਖਦੇ ਹੋਣਗੇ ਕਦੀ ਮੇਰੇ ਆਕਾ ਕਦਮਾਂ ਤੇ ਬੈਠ ਜਾਂਦੇ ਹੋਣਗੇ ਕਦੀ ਮੇਰੇ ਪੈਗੰਬਰ ਆਪਣੀ ਅੰਮੀ ਦੀ ਰੁਖਸਾਰ ਨਾਲ ਉਖਸਾਰ ਲਾਂਦੇ ਹੋਣਗੇ ਇਹ ਮੰਜ਼ਰ ਹੀ ਐਵੇਂ ਦਾਇਆ ਕਰਦਾ ਏ ਤੇ ਬੀਬੀ ਆਮਿਨਾ ਦੀਆਂ ਨੇ ਨੀ ਉਮੇ ਅਮਨ ਮੇਰੇ ਲਾਲ ਦਾ ਖਿਆਲ ਰੱਖੀ ਤੇ ਨਾਲੇ ਦੁਆ ਲਈ ਹੱਥ ਚੁੱਕਦੀਆਂ ਨੇ ਮੌਲਾ ਮੇਰੇ ਲਾਲ ਮੁਹੰਮਦ ਨੂੰ ਇੱਜ਼ਤਾਂ ਤੇ ਸ਼ਾਨਾ ਦੇਵੀ ਮੈਨੂੰ ਇੰਜ ਲੱਗਦਾ ਜਿਵੇਂ ਤੂੰ ਬੜੇ ਰੁਤਬੇ ਦੇਵੇਂਗਾ ਪਰ ਆਮਿਨਾ ਨੂੰ ਵੇਖਣਾ ਨਸੀਬ ਨਹੀਂ ਹੋਣਾ ਦੁਆਵਾਂ ਕਰਦੀ ਕਰਦੀ ਅੱਲਾ ਲਾਜ਼ਰਤ ਤੇ ਬੀਬੀ ਆਮਿਨਾ ਦੁਨੀਆਂ ਤੋਂ ਚਲੀਆਂ ਗਈਆਂ ਓ ਲੋਕੋ ਵੇਲੇ ਸਦਾ ਇੱਕ ਜੈਸੇ ਨਹੀਂ ਰਿਹਾ ਕਰਦੇ ਵਕਤ ਬਦਲ ਜਾਂਦੇ ਨੇ ਹਾਲਾਤ ਬਦਲ ਜਾਇਆ ਕਰਦੇ ਨੇ ਮੇਰੇ ਪੈਗੰਬਰ ਇੱਕ ਦਫ਼ਾ ਸਫ਼ਰ ਪੈ ਕਰਦੇ ਨੇ ਸਹਾਬਾ ਨਾਲ ਨੇ ਤੇ ਕਬਰਸਤਾਨ ਚੋਂ ਗੁਜ਼ਰ ਹੋਇਆ ਇੱਕ ਕਬਰ ਤੇ ਮੇਰੇ ਪੈਗੰਬਰ ਰੁਕ ਗਏ ਨੇ ਹਜ਼ੂਰ ਬੜੇ ਨਮ ਨੇ ਬੜੇ ਗਮ ਜ਼ਦਾ ਨੇ ਬੜੇ ਪਰੇਸ਼ਾਨ ਨੇ ਤੇ ਬੜੇ ਬੇਚੈਨ ਨਜ਼ਰ ਆਉਂਦੇ ਨੇ ਪੈ ਅੱਲਾ ਅੱਲਾ ਕਦੀ ਮੇਰੇ ਪੈਗੰਬਰ ਕਬਰ ਦੇ ਸੱਜੇ ਹੁੰਦੇ ਨੇ ਕਦੀ ਖੱਬੇ ਪਾਸੇ ਹੁੰਦੇ ਨੇ ਕਦੀ ਹਜ਼ੂਰ ਸਰਾਣੇ ਵਾਲੇ ਪਾਸੇ ਹੋ ਜਾਂਦੇ ਨੇ ਕਦੀ ਕਦਮਾਂ ਵਾਲੇ ਪਾਸੇ ਹੋ ਜਾਂਦੇ ਨੇ ਤੇ ਮੇਰੇ ਪੈਗੰਬਰ ਦੀਆਂ ਅੱਖਾਂ ਤੋਂ ਦਾਰੋ ਕੇ ਤਾਰਾਂ ਸੁਣੇ ਸਿਆਬਾ ਵੇਂਦੇ ਨੇ ਪੈ ਅੱਜ ਹਜ਼ੂਰ ਬੜੇ ਬੇਚੈਨ ਨਜ਼ਰ ਆਉਂਦੇ ਨੇ ਪੈ ਤੇ ਮੇਰੇ ਪੈਗੰਬਰ ਨਾਲੇ ਦੁਆਵਾਂ ਕਰਦੇ ਨੇ ਪੈ ਤੇ ਨਾਲੇ ਰੋਈ ਜਾਂਦੇ ਨੇ ਪੈ ਰੋਈ ਜਾਂਦੇ ਨੇ ਪੈ ਮੇਰੇ ਨਬੀ ਦਾ ਦੀਵਾਨਾ ਹਜ਼ਰਤ ਸੈਯਦ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁ ਅੱਜ ਮੇਰੇ ਪੈਗੰਬਰ ਦੇ ਕੰਧੇ ਤੇ ਹੱਥ ਚਾ ਰੱਖਿਆ ਏ ਆਕਾ ਕੌਣ ਏ ਕਿਹਦੀ ਕਬਰ ਏ ਅੱਗੇ ਕਦੇ ਐਵੇਂ ਨਹੀਂ ਵੇਖਿਆ ਅੱਗੇ ਕਦੀ ਇੰਨਾ ਗਮ ਜ਼ਦਾ ਨਹੀਂ ਵੇਖਿਆ ਇਹ ਕੌਣ ਏ ਕਿਹਦੀ ਕਬਰ ਏ ਤੇ ਮੇਰੇ ਪੈਗੰਬਰ ਦੇ ਆਂਸੂ ਵਰਸਦੇ ਨੇ ਪੈ ਤੇ ਆਪ ਫਰਮਾਉਂਦੇ ਨੇ ਫਰਮਾਇਆ ਇਹ ਮੇਰੀ ਮਾਂ ਦੀ ਕਬਰ ਏ ਇਹ ਮੇਰੀ ਮਾਂ ਮੀਨਾ ਦੀ ਕਬਰ ਏ ਜਿਹੜੀ ਬਚਪਨ ਦੇ ਅੰਦਰ ਮੈਨੂੰ ਛੱਡ ਕੇ ਜਾਨ ਤੋਂ ਟੁਰ ਗਈ ਏ ਤੇ ਮੇਰੇ ਆਕਾ ਤੇ ਆਉਣਗੇ ਅੰਮੀ ਤੂੰ ਕਹਿੰਦੀ ਸੈਨ ਅੱਲਾ ਮੇਰੇ ਮੁਹੰਮਦ ਨੂੰ ਇੱਜ਼ਤਾਂ ਦੇਵੀ ਅੱਜ ਤੇਰੇ ਲਾਲ ਨੂੰ ਅੱਲਾ ਨੇ ਸਾਰੇ ਜਾਨ ਦਾ ਸਰਦਾਰ ਬਣਾ ਛੱਡਿਆ ਅੱਜ ਸਾਰੇ ਜਾਨ ਨਾਲੋਂ ਵੱਧ ਕੇ ਰੁਤਬੇ ਅਤਾ ਕਰ ਛੱਡੇ ਨੇ ਅੱਜ ਸਾਰੇ ਜਾਨ ਨਾਲੋਂ ਵੱਧ ਕੀ ਅਜ਼ਮਤਾਂ ਅਤਾ ਕਰ ਛੱਡੀਆਂ ਨੇ ਜੇ ਟੁਰ ਗਈ ਏ ਕਬਰ ਅੰਦਰ ਉਹ ਬੰਦਿਆ ਮਾਂ ਨਹੀਂ ਓ ਲੱਭਣੀ ਓ ਵੀਰਾ ਮਾਂ ਨਹੀਂ ਓ ਲੱਭਣੀ ਏ ਓ ਜਈ ਠੰਡੀ ਤੇ ਮਿੱਠੀ ਨਹੀਂ ਓ ਲੱਭਣੀ ਓ ਬੰਦਿਆ ਮਾਂ ਨਹੀਂ ਓ ਲੱਭਣੀ ਓ ਬੰਦਿਆ ਮਾਂ ਨਹੀਂ ਓ ਲੱਭਣੀ
ਨੀ ਤੂੰ ਕਰ ਖਿਦਮਤ ਦੁਆਵਾਂ ਲੈ ਸਦਾਏ ਸਾਥ ਨਹੀਂ ਰਹਿਣਾ ਨਾ ਭੁੱਲ ਜਾਵੀ ਨਾ ਭੁੱਲ ਜਾਵੀ ਮਾਂ ਵੱਲੋਂ ਕਿਤੇ ਵੀ ਨਾ ਨਹੀਂ ਉਹ ਲੱਭਣੀ ਆ ਬੰਦਿਆ ਮਾਂ ਨਹੀਂ ਉਹ ਲੱਭਣੀ ਅੱਜ ਤੈਨੂੰ ਤੇਰੀ ਮਾਂ ਬੁਲਾਉਂਦੀ ਹੈ ਤੇ ਤੂੰ ਆਨੇ ਅੰਮਾ ਮੇਰੇ ਕੋਲ ਵੇ ਨਹੀਂ ਕੋਈ ਨਹੀਂ ਅੱਜ ਤੈਨੂੰ ਕੰਡਾ ਚੁੱਭੇ ਨਾ ਤੇ ਮਾਂ ਬਿਸਮਿਲਾ ਕਰਕੇ ਆਉਂਦੀ ਪੁੱਤਰ ਕੀ ਹੋਇਆ ਹੈ ਤੇ ਤੂੰ ਆਨੇ ਅੰਮਾ ਪਰਾਉਣਾ ਐਵੇਂ ਫਟਾਫਟ ਨਿੱਕੀ ਨਿੱਕੀ ਨਾ ਹੋ ਜਾਇਆ ਕਰ ਤੇ ਜੇ ਕਿਤੇ ਤੂੰ ਬਾਹਰ ਹੋਵੇ ਨਾ ਮਾਂ ਨੂੰ ਉੱਡਦੀ ਉੱਡਦੀ ਖਬਰ ਪਾਉਂਦਾ ਮੇਰਾ ਪੁੱਤ ਪਰੇਸ਼ਾਨ ਹੈ ਤੇ ਟੈਲੀਫੋਨ ਮਿਲਾ ਦਿੰਦੀ ਹੈ ਬਾਰ ਬਾਰ ਕਰੀ ਜਾਂਦੀ ਹੈ ਮੈਂ ਬੜੇ ਬੜੇ ਐਸੇ ਜਵਾਨ ਤੱਕੇ ਨੇ ਮਾਂ ਦਾ ਫੋਨ ਹੀ ਨਹੀਂ ਬਦ ਬਖਤ ਚੁੱਕਦੇ ਬਾਪ ਦਾ ਫੋਨ ਹੀ ਨਹੀਂ ਚੁੱਕਦੇ ਮਾਂ ਦਾ ਫੋਨ ਨਹੀਂ ਚੁੱਕਦੇ ਕਿ ਮਾਂ ਨੇ ਜਾਨ ਖਾਧੀ ਹੈ ਮਾਂ ਨੇ ਹੁਣ ਪੁੱਛਣਾ ਹੈ ਮਾਂ ਨੂੰ ਐਵੇਂ ਫਿਕਰਾਂ ਪਈਆਂ ਰਹਿੰਦੀਆਂ ਨੇ ਮਾਂ ਤੇ ਫਿਕਰ ਨਾ ਕਰਦੀ ਹੈ ਨਾ ਮਾਂ ਤੇ ਮੁਹੱਬਤ ਨਾ ਕਰਦੀ ਹੈ ਨਾ ਮਾਂ ਤੇ ਬੇਲੌਸ ਹੋ ਕੇ ਪਿਆਰ ਕਰਦੀ ਹੈ ਨਾ ਤੇ ਜੇ ਮਾਂ ਦਾ ਫੋਨ ਚੁੱਕ ਲੈ ਤੇ ਆਉਂਦਾ ਅੰਮਾ ਜਾਨ ਖਾ ਛੱਡੀਆ ਅੰਮਾ ਮੈਂ ਠੀਕ ਹਾਂ ਅੰਮਾ ਮੈਨੂੰ ਕੁਝ ਨਹੀਂ ਹੋਇਆ ਤੇ ਮਾਂ ਚੁੱਪ ਕਰ ਜਾਂਦੀ ਹੈ ਰੋ ਰੋ ਕੇ ਆਪਣੇ ਆਸੂ ਸਾਫ ਕਰ ਲੈਂਦੀ ਹੈ ਅੱਲਾ ਅੱਲਾ ਤੈਨੂੰ ਕਦਰ ਨਹੀਂ ਹੁੰਦੀ ਜਾਨ ਕਦਰਾਂ ਹੋ ਜਾਂਦੀਆਂ ਨੇ ਜਦੋਂ ਮਾਂ ਹਮੇਸ਼ਾ ਲਈ ਚੁੱਪ ਕਰ ਜਾਂਦੀ ਹੈ ਤੇ ਕਦਰਾਂ ਹੋ ਜਾਂਦੀਆਂ ਨੇ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਮਾਂ ਦੀ ਮਈਅਤ ਚੁੱਕ ਨਹੀਂ ਜਾਏ ਨਾ ਬਾਪ ਦੀ ਮਈਅਤ ਚੁੱਕ ਲਈ ਜਾਏ ਤੇ ਫਿਰ ਭਲਿਆਂ ਭਲਿਆਂ ਨੂੰ ਕਦਰਾਂ ਹੋ ਜਾਂਦੀਆਂ ਨੇ ਜਦੋਂ ਮਾਂ ਨੂੰ ਕਫਨ ਪਹਿਨਾ ਕੇ ਰੱਖ ਦਿੱਤਾ ਜਾਏ ਤੇ ਬੰਦਾ ਕਫਨ ਖੋਲ ਖੋਲ ਕੇ ਆਉਂਦਾ ਅੰਮੀ ਅੱਜ ਗੱਲ ਕਰਦਾ ਬਾਬਾ ਅੱਜ ਗੱਲ ਕਰਦਾ ਇੱਕ ਦਫ਼ਾ ਆਪਣੀ ਆਵਾਜ਼ ਹੀ ਸੁਣਾ ਦਾ ਬੰਦਾ ਆਵਾਜ਼ਾਂ ਨੂੰ ਤਰਸ ਜਾਂਦਾ ਫਿਰ ਬੰਦੇ ਨੂੰ ਕਦਰ ਹੋ ਜਾਂਦੀ ਹੈ ਕਿ ਮਾਂ ਬਾਪ ਕਿੱਡੀ ਵੱਡੀ ਨਿਮਤ ਨੇ ਫਿਰ ਪਤਾ ਲੱਗਦਾ ਮਾਂ ਦੀਆਂ ਮੁਹੰਮਦਾਂ ਦਾ ਮਾਂ ਦੀਆਂ ਮਮਤਾ ਦਾ ਮਾਂ ਦੇ ਪਿਆਰ ਦਾ ਫਿਰ ਪਤਾ ਲੱਗਦਾ ਹੈ ਜਦੋਂ ਬੰਦਾ ਆਵਾਜ਼ਾਂ ਮਾਰਦਾ ਹੈ ਮਾਂ ਕਬਰਾਂ 'ਚ ਟੁਰ ਗਈ ਹੈ ਹੁਣ ਠੋਕਰਾਂ ਵੀ ਆਉਂਦੀਆਂ ਨੇ ਤੇ ਮਾਂ ਯਾਦ ਆਉਂਦੀ ਹੈ ਹੁਣ ਠੁੱਡਾ ਵੀ ਵੱਜਦਾ ਤੇ ਮਾਂ ਚੇਤੇ ਆਉਂਦੀ ਹੈ ਕਦੀ ਅੰਮੀ ਹੁੰਦੀ ਸੀ ਤੇ ਫਿਕਰਾਂ ਨਾਲ ਪੁੱਛਦੀ ਸੀ ਤੇ ਦੁਆਵਾਂ ਕਰਦੀ ਸੀ ਆਪਣੇ ਲਫ਼ਜ਼ਾਂ ਨਾਲ ਮਰਮ ਪੱਟੀਆਂ ਕਰਕੇ ਹੌਸਲੇ ਕੀ ਤੱਕ ਦਿੱਤਾ ਕਰਦੀ ਸੀ ਫਿਰ ਪਤਾ ਲੱਗਦਾ ਕਿ ਮਾਂ ਕੀ ਨਿਮਤ ਜਦ ਅੱਲਾ ਲੱਜ ਤੁਰ ਗਈ ਕਬਰ ਅੰਦਰ ਉਹ ਬੰਦਿਆ ਮਾਂ ਨਹੀਂ ਉਹ ਲੱਭਣੀ ਆ ਵੀਰਾ ਮਾਂ ਨਹੀਂ ਉਹ ਲੱਭਣੀ ਜਦੋਂ ਦੁਨੀਆ ਠੁਕਰਾਵੇ ਕੀ ਜਦੋਂ ਦੁਨੀਆ ਸਤਾਵੇ ਕੀ ਤੈਨੂੰ ਮਾਂ ਯਾਦ ਆਵੇਗੀ ਰੋਵੇਗਾ ਕੁਰਲਾਵੇਗਾ ਰੋ ਰੋ ਮਾਂ ਪੁਕਾਰੇਗਾ ਪਰ ਕਿਤੇ ਵੀ ਮਾਂ ਨਹੀਂ ਉਹ ਲੱਭਣੀ ਜੇ ਟੁਰ ਗਈ ਏ ਕਬਰ ਅੰਦਰ ਉਹ ਬੰਦਿਆ ਮਾਂ ਨਹੀਂ ਉਹ ਲੱਭਣੀ ਅਵੀਰਾ ਮਾਂ ਨਹੀਂ ਉਹ ਲੱਭਣੀ ਰੁਲਾਵੇਗਾ ਸਤਾਵੇਗਾ ਜੇ ਦਿਲ ਮਾਂ ਦਾ ਦੁਖਾਵੇਗਾ ਰੁਲਾਵੇਗਾ ਸਤਾਵੇਗਾ ਜੇ ਦਿਲ ਮਾਂ ਦਾ ਦੁਖਾਵੇਗਾ ਗਮਾਂ ਤੋਂ ਸਾਰ ਲੋਕਾਂ ਵਨ ਲਈ ਕਿਤੇ ਵੀ ਥਾਂ ਨਹੀਂ ਉਹ ਲੱਭਣੀ ਆ ਬੰਦਿਆ ਮਾਂ ਨਹੀਂ ਉਹ ਲੱਭਣੀ ਆ ਵੀਰਾ ਮਾਂ ਨਹੀਂ ਉਹ ਲੱਭਣੀ ਧਿਆਨ ਕਰਨਾ ਜ਼ਰਾ ਜਵਾਨਾ ਗੌਰ ਕਰਨਾ ਮਾਂ ਬਾਪ ਦਾ ਕਦਰ ਕਰੇਗਾ ਤੇ ਫਿਰ ਕੀ ਮਿਲੇਗਾ ਆਓ ਨਾ ਮੈਂ ਗੱਲ ਮੁਕਾਵਾਂ ਤੁਹਾਡੇ ਨਜ਼ਰ ਕਰਾਂ ਕਦੀਸ ਨਬੀ ਪਾਕ ਦਾ ਫਰਮਾਨ ਸੁਣਾਵਾਂ ਮੇਰੇ ਮੁਹੰਮਦ ਕਰੀਮ
کریم صلی اللہ علیہ وسلم حضور پاک دے کول یمن تو چل کے ایک جوان آیا آخری گلاں پہ کرنا ہو اللہ لغار کریا دیندرا یمن تو چل کے جوان آیا حضور دے در دولت تے آیا کا فرمان دلیا بھائی کیویں آیا حضور میں اجازت ڈانا قادیاں اجازت مینوں میدان تے اترن دیاں اجازت دیو میں لڑائیاں کرنیاں جانا جہاد کرنا جانا فرمایا پھر کیوں میں گا آقا میں ڈامے شہادت پا لواں گا فرمایا پھر کیوں میں گا آقا مینوں جنت مل جائے گی فرمایا جنت مل جائے گی اے دس تیرے ماں باپ نے جی سونے ماں باپ نے فرمایا کتے نی آقا وڈیرے ہو گئے نے یمن دے اندر کرانے تے گھر دے اندر نے تے میرے آقا فرماندے نے اوے ماپے گھر بیٹھے نی تے جنت ایتھوں پیالا بنائے جا اللہ نے تیری ماں دے قدماں تلے جنت رکھ جڈیے اللہ اللہ ایتھے بندہ جنابے والا دنیا چ دولتاں لبدا پھردا ہے دولتاں لا کے دنیا جنت بناتا پھردا ہے تے جنت ماں رلدی پھردی ہے بڈا باپ رلدا پھردا ہے میں پردیسیاں نوں پیغام دے جاواں آؤٹ کنٹریاں دے اندر جڑے سچم تے بیلی تے دوست رہندے نے ریال تے پاؤنڈ تے ڈالر تے یورو کماندے پھردے نے اے دنیا دے چکراں دے اندر ماں بھول گئے نے باپ نوں بھلا چھڈیا ہے بیوی نوں فون کردا ہے بیٹی نوں فون کردا ہے سجن نوں فون کردا ہے سب نال کہندا کہندا گل کردا ہے نہیں کردا تے ماں نوں نہیں کردا تے میں مور ہو جانا واں باپ نوں نہیں کردا اے نہ میرے کول پیسے مانگ لینے نے میں انہاں نوں نہیں کرنا بد وقتا انہاں دیاں دعاواں نال ہی کمانا اے پیا انہاں دیاں دعاواں نال اج ایتھے پوندے آئے اے نہیں اپنے پلیوں لا لا تینوں کھلایا پہنایا تے جوان کیتا ہے ہر تو انہاں نوں فون کرنا پسند نہیں پیا کردا کریا کر فون باپ اے ڈٹنابے والا بڈی ماں اے ٹیلی فون لے کے دکاناں تے تکے کھاندی اے بھئی ویکھو میرا فون خراب ہو گیا ہے او سا کہ اماں فون تے بالکل ٹھیک ہے رو کے آندی اے پھر ویکھو میرے پتر دا فون کیوں نہیں آندا میرا پتر مینوں ٹیلی فون کیوں نہیں کردا او سونیا ماں نوں پہلاں کریا کر باپ نوں پہلاں کریا کر دعاواں وی لے لیا کر تے انہاں دا سینہ وی راضی کر لیا کر رب برکت وی پڑی دےوے گا تے خیر وی بڑی عطا کرے گا تے ماں نال گل کیتیاں اللہ دی قسم ٹھنڈ پہ جاندی اے باپ نال گل کیتیاں دعاواں لب جاندیاں نے اوے باپ دیاں دعاواں تے اللہ رات نہیں نہ کردا اللہ اللہ دھیان کرنا ذرا وکھرے ڈگ تو رتبے عظمت وکھری اے دنیا پھر لے پیو دی شفقت وکھری اے پیو دی اللہ شیری شیر بنا دی کنڈ تے تھاپی مار دلیر بنا دی وکھرے جگ تو وکھرے جگ تو لاڈ محبت وکھری اے دنیا پھر لے پیو دی شفقت وکھری اے دنیا بانے گالا پیو دنیا بانے گالا پیو دیاں نے ایک ہی کملے جانن نالا کیوں دیاں نے ایک ہی کملے جانن نالا کیوں دیاں نے قسم کوریاں وچ وی لذت وکھری اے دنیا پھر لے پیو دی شفقت وکھری اے وکھرے جگ تو رتبے عظمت وکھری اے دنیا پھر لے پیو دی شفقت
ਵਖਰੀ ਹੈ। ਅੱਲਾ ਅੱਲਾ ਗੌਰ ਕਰੋ ਤੇਰਾ ਮੈਂ ਗੱਲ ਹੁਣ ਬਿਲਕੁਲ ਆਖਰੀ ਕਰਕੇ ਗੱਲ ਮੁਕਾਵਾਂ। ਮਾਂ ਬਾਪ ਦੀ ਖਿਦਮਤ ਦਾ ਸਿਲਾ ਅੱਲਾ ਜ਼ਿੰਦਗੀ ਦੇ ਗੁਨਾਹ ਮੁਆਫ ਕਰ ਦਿੰਦਾ ਜੇ। ਮਾਂ ਬਾਪ ਦੀ ਖਿਦਮਤ ਦਾ ਸਿਲਾ ਅੱਲਾ ਪਾਕ ਜ਼ਿੰਦਗੀ ਅਜ਼ਮਤ ਵਾਲੀ ਤੇ ਬਰਕਤ ਵਾਲੀ ਅਤਾ ਕਰ ਦਿੰਦਾ ਜੇ। ਮਾਂ ਬਾਪ ਦੀ ਖਿਦਮਤ ਦਾ ਸਿਲਾ ਮੇਰਾ ਰਹਿਮਾਨ ਰਿਜ਼ਕ ਬੜਾ ਬਰਕਤ ਵਾਲਾ ਅਤਾ ਕਰ ਦਿੰਦਾ। ਮਾਂ ਬਾਪ ਦੀ ਖਿਦਮਤ ਦਾ ਸਿਲਾ ਅੱਲਾ ਪਾਕ ਜਨਤਾ ਅਤਾ ਕਰ ਦਿੰਦਾ। ਅੱਲਾ ਅੱਲਾ ਆਉਣ ਵਾਲੀਆਂ ਬਲਾਵਾਂ ਟਾਲ ਦਿੰਦਾ, ਸਮੈਸ਼ਾਂ ਟਾਲ ਦਿੰਦਾ। ਸੁਣਿਆ ਤੇ ਜਵਾਨੋ ਬਣੀ ਇਸਰਾਇਲ ਦਾ ਵਾਕਿਆ ਬੜਾ ਮਸ਼ਹੂਰ ਵਾਕਿਆ, ਮੈਂ ਤੁਹਾਡੀ ਨਜ਼ਰ ਕਰਾਂ ਇਮਾਮਤਾ ਦਾ ਵੇ। ਅੱਲਾ ਅੱਲਾ ਮੇਰੇ ਆਕਾ ਫਰਮਾਉਂਦੇ ਨੇ ਤਿੰਨ ਬੰਦੇ ਅੱਜ ਨਿਕਲੇ ਨੇ ਸਫ਼ਰ ਕਰਦੇ ਨੇ ਪੈ ਤੇ ਰਸਤੇ ਦੇ ਅੰਦਰ ਤੂਫਾਨ ਆਇਆ, ਕਾਰ ਦੇ ਅੰਦਰ ਠਹਿਰ ਗਏ। ਮਰਜ਼ੀਆਂ ਮੌਲਾ ਦੀਆਂ, ਉੱਤੋਂ ਪਹਾੜਾਂ ਤੋਂ ਇੱਕ ਚਟਾਨ ਆਈ, ਪਹਾੜਾਂ ਤੋਂ ਇੱਕ ਜਨਾਬੇ ਵਾਲਾ ਬਹੁਤ ਬੜਾ ਪੱਥਰ ਆਇਆ। ਕਾਰ ਦਾ ਮੂੰਹ ਬੰਦ ਹੋ ਗਿਆ, ਨਾ ਕੋ ਅੰਦਰ ਆ ਸਕਦਾ ਨਾ ਕੋ ਬਾਹਰ ਜਾ ਸਕਦਾ। ਇਹ ਜਨਾਬੇ ਵਾਲਾ ਬੜੇ ਪਰੇਸ਼ਾਨ ਹੋਏ, ਜ਼ੋਰ ਸ਼ੋਰ ਲਾਇਆ, ਗੱਲ ਨਹੀਂ ਬਣਦੀ ਪਈ, ਮਯੂਸ ਹੋ ਗਏ, ਮੌਤ ਦਾ ਇੰਤਜ਼ਾਰ ਕਰਨ ਲੱਗ ਪਏ। ਤੇ ਇਹਨਾਂ ਚੋਂ ਇੱਕ ਕਹਿੰਦਾ, ਔਖਾ ਟੈਮ ਤੇ ਮੁਸ਼ਕਲ ਵਕਤ ਚ ਕੋਈ ਕੰਮ ਆਵੇ ਨਾ ਆਵੇ, ਤੇ ਮੁਸ਼ਕਲ ਵਕਤ ਚ ਅੱਲਾ ਪਾਕ ਜ਼ਰੂਰ ਕੰਮ ਆਉਂਦਾ ਹੈ। ਮੁਸ਼ਕਲਾਂ ਕੌਣ ਟਾਲਦਾ ਹੈ? ਸਾਰੇ ਬੋਲੋ, ਮੈਂ ਅਜੇ ਤੱਕ ਤੁਹਾਨੂੰ ਨਹੀਂ ਆਖਿਆ, ਹੁਣ ਤੇ ਬੋਲੋ, ਕੌਣ ਟਾਲਦਾ? ਮੁਸ਼ਕਲਾਂ ਮੇਰਾ ਰਹਿਮਾਨ ਟਾਲਦਾ, ਇਹ ਅੱਲਾ ਪਾਕ ਦੀਆਂ ਸ਼ਾਨਾਂ ਨੇ ਬਲਾਵਾਂ ਟਾਲ ਦਿੰਦਾ। ਫਿਰ ਮੈਂ ਮੁਹੱਬਤ ਦੀ ਗੱਲ ਕਰਾਂ, ਅੱਲਾ ਕੌਣ ਕਰੇ ਇਨਕਾਰ ਤੇਰੀਆਂ ਸ਼ਾਨਾਂ ਦਾ। ਰਾਤ ਦਾ 11 ਤੇ 11:30 ਹੋ ਚੱਲਾ ਹੋਵੇਗਾ ਤੇ ਜਿਹੜਾ ਹਜ਼ੂਰ ਦਾ ਨੌਕਰ ਹੈ ਤੇ ਰੱਬ ਦੇ ਵਾਸਤੇ ਆਇਆ ਨਾ, ਦੋਵੇਂ ਹੱਥ ਚੁੱਕ ਕੇ ਇੱਕ ਦਵਾ ਕਵੇ ਸੁਭਾਨ ਅੱਲਾ। ਮੈਂ ਸਾਰਿਆਂ ਨੂੰ ਕੋਈ ਨਹੀਂ ਪਿਆਂਦਾ, ਜਿਹੜਾ ਰੱਬ ਵਾਸਤੇ ਆਇਆ ਦੋਵੇਂ ਹੱਥ ਚੁੱਕ ਕੇ ਗੱਜ ਕੇ ਕਵੇ ਸੁਭਾਨ ਅੱਲਾ। ਉਹ ਕਿਉਂਕਿ ਅਸੀਂ ਵਾਪੀ ਜਮਾ ਹੋਏ ਆ, ਅੱਲਾ ਦੀ ਤੋਹੀਦ ਦਾ ਆਲਮ ਬੁਲੰਦ ਕਰਨ ਵਾਲੇ ਜਮਾ ਹੈ ਤੇ ਰੱਬ ਦੀ ਸ਼ਾਨ ਤੇ ਤੜਪਿਆ ਕਰੋ। ਅੱਲਾ ਕੌਣ ਕਰੇ ਇਨਕਾਰ, ਅੱਲਾ ਕੌਣ 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 ਕਰੇ ਇਨਕਾਰ ਤੇਰੀਆਂ ਸ਼ਾਨਾਂ ਦਾ। ਤੂੰ ਹੈ ਮਾਲਿਕ ਅੱਲਾ ਕੱਲਾ ਜ਼ਮੀਨ ਅਸਮਾਨਾਂ ਦਾ, ਅੱਲਾ ਕੌਣ ਕਰੇ ਇਨਕਾਰ। ਰੱਬਾ ਤੂੰ ਏ ਮਖਲੂਕ ਵੱਖਰੀ ਬਣਾਈਏ, ਕੋਈ ਤੇਰਾ ਬਾਗੀ ਕੋਈ ਸੌਦਾਈਏ, ਕੋਈ ਤੇਰਾ ਬਾਗੀ ਕੋਈ ਸੌਦਾਈਏ। ਕਈਆਂ ਸਾਰੀ ਉਮਰ ਨਨੀਤੀ, ਕਈ ਲੱਭ ਤੇ ਫਿਰਨ ਮਸੀਨੀ, ਸ਼ੌਕ ਅਜ਼ਾਨਾਂ ਦਾ। ਅੱਲਾ ਕੌਣ ਕਰੇ ਇਨਕਾਰ ਤੇਰੀਆਂ ਸ਼ਾਨਾਂ ਦਾ। ਤੂੰ ਹੈ ਮਾਲਿਕ ਅੱਲਾ ਕੱਲਾ ਜ਼ਮੀਨ ਅਸਮਾਨਾਂ ਦਾ, ਅੱਲਾ ਕੌਣ ਕਰੇ ਇਨਕਾਰ। ਰੱਬਾ ਤੇਰੀਆਂ ਰਹਿਮਤਾਂ ਦਾ ਕੋਈ ਵੀ ਸ਼ੁਮਾਰ ਨਹੀਂ, ਬੰਦਾ ਨਹੀਂ ਉਹ ਤੇਰਾ ਜਿਹੜਾ ਸ਼ੁਕਰ ਗੁਜ਼ਾਰ ਨਹੀਂ। ਤੇਰੀ ਰਹਿਮਤ ਤੇ ਦਰ ਖੁੱਲੇ ਖੁੱਲੇ, ਅੱਲਾ ਤੇਰੀ ਰਹਿਮਤ ਤੇ ਦਰ ਖੁੱਲੇ, ਤੇਰੀ ਰਹਿਮਤ ਤੇ ਦਰ ਖੁੱਲੇ। ਮੇਰਾ ਜੀ ਕਰਦਾ ਮੈਂ ਸਦਾਵਾਂ ਬੁਲੰਦ ਕਰ ਜਾਵਾਂ, ਤੇਰੀ ਰਹਿਮਤ ਤੇ ਦਰ ਖੁੱਲੇ ਖੁੱਲੇ, ਅੱਲਾ ਤੇਰੀ ਰਹਿਮਤ ਤੇ ਦਰ ਖੁੱਲੇ। ਕੋਈ ਯਾਦ ਕਰੇ ਕੋਈ ਭੁੱਲੇ, ਤੇਰੀ ਰਹਿਮਤ ਤੇ ਦਰ ਖੁੱਲੇ। ਕੋਈ ਯਾਦ ਕਰੇ ਕੋਈ ਭੁੱਲੇ, ਫਰਕ ਇਮਾਨਾਂ ਦਾ। ਕੁਝ ਹੋਰ ਨਹੀਂ ਮੰਗਿਆ, ਸੁਭਾਨ ਅੱਲਾ ਮੰਗਿਆ ਜੀ ਕਹੋ ਸੁਭਾਨ ਅੱਲਾ। ਅੱਲਾ ਕੌਣ ਕਰੇ ਇਨਕਾਰ, ਅਗਨੀ ਗੱਲ ਕਮਾਲ, ਸੱਜੇ ਖੱਬੇ ਵਾਲੇ ਠੰਡ ਲੱਗਦੀ ਹੈ ਬਈ, ਤਾਂ ਨੀਂਦਰ ਆਈ ਹੈ ਤੇ ਤਾਂ, ਜਾਗ ਤੇ ਬੈਠੇ ਹੋ ਤੇ ਤਾਂ, ਸੁਸਤ ਬੈਠੇ ਹੋ ਤੇ ਤਾਂ, ਹੁਸ਼ਿਆਰ ਬੈਠੇ ਹੋ ਤੇ ਤਾਂ, ਬੈਠੇ ਹੋ ਤੇ ਤਾਂ, ਖਲੋਤੇ ਹੋ ਤੇ ਤਾਂ, ਚਾਦਰ ਲਈ ਜੇ ਤੇ ਤਾਂ, ਨਹੀਂ ਜੇ ਲਈ ਤੇ ਤਾਂ, ਟੋਪੀ ਪਾਈ ਜੇ ਤੇ ਤਾਂ, ਨਹੀਂ ਜੇ ਪਾਈ ਤੇ ਤਾਂ, ਪਿਤਾਰੋ ਕਿੱਤਣ ਬਣਾ ਦੇ ਲਹਾ ਡਾਇਆ ਦੇ, ਖਿਲ ਖਿਲਾ ਡਾਇਆ ਦੇ।
ਸ਼ਾਇਦਾ ਦੀ ਅਜ਼ਮਤ ਤੇ ਰੱਬ ਦੇ ਪਰੌਣੇ ਹੋ, ਜਰਾ ਮੁਹੱਬਤ ਦਾ ਛਲ ਪਾ ਦਿਆ ਜੇ ਸੁਭਾਨ ਅੱਲਾ ਦੀ ਤੜਪਿਆ ਜੇ ਅੱਲਾ ਕੌਣ ਕਰੇ ਇਨਕਾਰ ਤੇਰੀਆਂ ਸ਼ਾਨਾਂ ਦਾ ਤੂੰ ਹੈ ਮਾਲਕ ਅੱਲਾ ਕੱਲਾ ਜ਼ਮੀਨ ਅਸਮਾਨਾਂ ਦਾ ਅੱਲਾ ਕੌਣ ਕਰੇ ਇਨਕਾਰ ਰੱਬਾ ਜਿਹੜਾ ਤੇਰੇ ਦਰ ਉੱਤੇ ਆਉਂਦਾ ਏ ਜੋਲੀਆਂ ਬਾਰ ਬਾਰ ਘਰ ਨੂੰ ਹੋ ਜਾਂਦਾ ਏ ਦੁਨੀਆਂ ਨੂੰ ਪਤਾ ਲੱਗੇ ਸਭ ਕੁਝ ਲੱਭਦਾ ਤੇ ਰੱਬ ਦੇ ਦਰ ਤੋਂ ਲੱਭਦਾ ਉੱਚੀ ਕਵੋ ਆ ਜਰਾ ਬਾਬੀਆਂ ਨੀ ਸੁਭਾਨ ਅੱਲਾ ਕਵੋ ਉੱਚੀ ਅੱਲਾ ਲਾ 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 ਕੌਣ ਕਰੇ ਇਨਕਾਰ ਅੱਲਾ ਕੌਣ ਕਰੇ ਇਨਕਾਰ ਤੇਰੀਆਂ ਸ਼ਾਨਾਂ ਦਾ ਤੂੰ ਹੈ ਮਾਲਕ ਅੱਲਾ ਕੱਲਾ ਜ਼ਮੀਨ ਅਸਮਾਨਾਂ ਦਾ ਅੱਲਾ ਕੌਣ ਕਰੇ ਇਨਕਾਰ ਰੱਬਾ ਜਿਹੜਾ ਤੇਰੇ ਦਰ ਉੱਤੇ ਆਉਂਦਾ ਏ ਜੋੜੀਆਂ ਬਾਰ ਬਾਰ ਘਰ ਨੂੰ ਹੋ ਜਾਂਦਾ ਏ ਜੋਲੀਆਂ ਬਾਰ ਬਾਰ ਘਰ ਨੂੰ ਹੋ ਜਾਂਦਾ ਏ ਜੋਲੀਆਂ ਬਾਰ ਬਾਰ ਘਰ ਨੂੰ ਹੋ ਜਾਂਦਾ ਏ ਤੂੰ ਡਾਟਾਏ ਲਜਪਾਲ ਤੂੰ ਡਾਟਾਏ ਲਜਪਾਲ ਮੌਲਾ ਤੂੰ ਰੱਖਣਾ ਆਪ ਖਿਆਲ ਅੱਲਾ ਤੂੰ ਰੱਖਣਾ ਆਪ ਖਿਆਲ ਆਪਣੇ ਮਹਿਮਾਨਾਂ ਦਾ ਰੱਬ ਦਾ ਪ੍ਰਾਹੁਣਾ ਕਵੇ ਸੁਭਾਨ ਅੱਲਾ ਜਵਾਨਾਂ ਲਈ ਕਵੋ ਸੁਭਾਨ ਅੱਲਾ ਅੱਲਾ ਕੌਣ ਕਰੇ ਇਨਕਾਰ ਤੇਰੀਆਂ ਸ਼ਾਨਾਂ ਦਾ ਤੂੰ ਹੈ ਮਾਲਕ ਅੱਲਾ ਕੱਲਾ ਜ਼ਮੀਨ ਅਸਮਾਨਾਂ ਦਾ ਅੱਲਾ ਕੌਣ ਕਰੇ ਇਨਕਾਰ ਅੱਲਾ ਅੱਲਾ ਸੁਣਿਆ ਦਰਾ ਇੱਧਰ ਜਨਾਬੇ ਵਾਲਾ ਕਹਿੰਦਾ ਅੱਲਾ ਕੋਲੋਂ ਦੁਆ ਕਰੋ ਰੱਬ ਨੂੰ ਵਸੀਲਾ ਪਾਓ ਸਮਲ ਦਾ ਜਿਹੜਾ ਖਾਲਿਸ ਅੱਲਾ ਵਾਸਤੇ ਕੀਤਾ ਹੈ ਇੱਧਰ ਜਨਾਬੇ ਵਾਲਾ ਇੱਕ ਦੁਆ ਕਰਦਾ ਦੂਜਾ ਕਰਦਾ ਤੀਜਾ ਕਰਦਾ ਆਂਦਾ ਮਾਲਿਕਾ ਤੂੰ ਜਾਣਦਾ ਮੈਂ ਮਾੜਾ ਜਿਹਾ ਗਰੀਬ ਜਿਹਾ ਬੰਦਾ ਬੱਕਰੀਆਂ ਚਰਾਉਣ ਵਾਲਾ ਚਰਵਾ ਆ ਅੱਲਾ ਮੇਰੀ ਜ਼ਿੰਦਗੀ ਦੀ ਇੱਕ ਰੂਟੀਨ ਮੈਂ ਬੱਕਰੀਆਂ ਚਰਾ ਕੇ ਆਉਂਦਾ ਆਉਂਦਿਆਂ ਦੁੱਧ ਚੋਨਾ ਦੁੱਧ ਚੋ ਕੇ ਪਹਿਲਾਂ ਮਾਂ ਬਾਪ ਨੂੰ ਦੁੱਧ ਪਿਲਾਉਂਦਾ ਮਾਂ ਬਾਪ ਦੀ ਖਿਦਮਤ ਕਰਨਾ ਮਾਂ ਬਾਪ ਨੂੰ ਰਾਜ਼ੀ ਕਰਨਾ ਬਾਪ ਦੇ ਅੰਦਰ ਬੀਵੀ ਬੱਚਿਆਂ ਨੂੰ ਪਿਲਾਉਂਦਾ ਵਾ ਆਂਦਾ ਮਾਲਿਕਾ ਇੱਕ ਦਿਨ ਮੈਂ ਬੱਕਰੀਆਂ ਚਰਾਂਦਾ ਦੂਰ ਨਿਕਲ ਗਿਆ ਮੈਨੂੰ ਵਾਪਸ ਆਉਂਦਿਆਂ ਲੇਟ ਹੋ ਗਈ ਅਰਸ਼ਾਂ ਵਾਲਿਆ ਮੈਂ ਵਾਪਸ ਆਉਂਦਾ ਆਉਂਦਾ ਲੇਟ ਹੋ ਗਿਆ ਮੇਰੀ ਮਾਂ ਮੇਰੀਆਂ ਰਾਵਾਂ ਵੇਂਦੀ ਵੇਂਦੀ ਸੌ ਗਈ ਏ ਮਾਂ ਦੀ ਅੱਖ ਲੱਗ ਗਈ ਏ ਜਿਹੜੇ ਵੇਲੇ ਮੈਂ ਘਰ ਆਇਆ ਬੱਕਰੀਆਂ ਦਾ ਦੁੱਧ ਚੋਇਆ ਤੇ ਮੈਂ ਪਿਆਲਾ ਫੜਿਆ ਏ ਮਾਂ ਬੱਲੇ ਜਾਣ ਲੱਗਾ ਤੇ ਬੀਵੀ ਨੇ ਰਾਵਾਂ ਡੱਕ ਲਈਆਂ ਬੀਵੀ ਕਹਿਣ ਲੱਗੀ ਅੱਲਾ ਵਾਲਿਆ ਮਾਂ ਤੇ ਸੌ ਗਈ ਏ ਬੱਚੇ ਪਿਆਸੇ ਨੇ ਭੁੱਖੇ ਨੇ ਇਹਨਾਂ ਨੂੰ ਪਹਿਲਾਂ ਪਿਲਾ ਲੈ ਬੱਚਿਆਂ ਨੂੰ ਪਹਿਲਾਂ ਦੁੱਧ ਪਿਲਾ ਲੈ ਇੱਧਰ ਜਨਾਬੇ ਵਾਲਾ ਕਹਿਣ ਲੱਗਾ ਨਾ 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 ਮੈਂ ਪਹਿਲਾਂ ਮਾਂ ਨੂੰ ਪਿਲਾਣਾ ਜੇ ਮੈਂ ਬੱਚਿਆਂ ਨੂੰ ਪਹਿਲਾਂ ਪਿਲਾਇਆ ਤੇ ਮੇਰੀ ਰੂਟੀਨ ਟੁੱਟ ਜਾਏਗੀ ਮੈਂ ਪਹਿਲਾਂ ਮਾਂ ਨੂੰ ਪਿਲਾਣਾ ਮਾਂ ਤੇ ਕਮਰੇ ਵੱਲ ਚਲਾ ਗਿਆ ਮਾਂ ਤੇ ਸਰਾਣੇ ਖੜਾ ਹੋ ਗਿਆ ਪਿਆਲਾ ਪਕੜ ਕੇ ਥੱਕਿਆ ਵੀ ਆਇਆ ਏ ਬੱਕਰੀਆਂ ਚਲਾ ਕੇ ਵੀ ਆਇਆ ਸਫ਼ਰ ਕਰਕੇ ਵੀ ਆਇਆ ਏ ਪਰ ਇਹਨੇ ਮਾਂ ਦਾ ਆਰਾਮ ਖਰਾਬ ਨਹੀਂ ਕੀਤਾ ਮਾਂ ਦੀ ਨੀਂਦ ਖਰਾਬ ਨਹੀਂ ਕੀਤੀ ਇੰਤਜ਼ਾਰ ਕਰਦਾ ਪਿਆ ਕਦੋਂ ਮਾਂ ਦੀ ਅੱਗ ਖੁੱਲੇ ਤੇ ਕਦੋਂ ਮੈਂ ਮਾਂ ਨੂੰ ਅਦਬ ਨਾਲ ਦੁੱਧ ਪੇਸ਼ ਕਰਾਂ ਕਦੋਂ ਮੈਂ ਮਾਂ ਨੂੰ ਕਦੀ ਐਵੇਂ ਤੂੰ ਹੀ ਮਾਂ ਦੇ ਸਰਾਣੇ ਖੜਾ ਹੋ ਜਾਇਆ ਕਰ ਕਦੀ ਮਾਂ ਦਾ ਐਵੇਂ ਤੂੰ ਹੀ ਅਦਬ ਕਰ ਲਿਆ ਕਰ ਕਦੇ ਮਾਂ ਬਾਪ ਦਾ ਤੂੰ ਹੀ ਐਵੇਂ ਇਤਰਾਮ ਕਰ ਲਿਆ ਕਰ ਕਦੇ ਮਾਂ ਬਾਪ ਨਾਲ ਤੂੰ ਹੀ ਐਵੇਂ ਪਿਆਰ ਕਰ ਲਿਆ ਕਰ ਕਦੇ ਮਾਂ ਬਾਪ ਨਾਲ ਤੂੰ ਹੀ ਐਵੇਂ ਪੇਸ਼ ਆਇਆ ਕਰ ਇਹਨੂੰ ਆਉਂਦੇ ਨੇ ਉਸਨੇ ਸਲੂਕ ਇਹਨੂੰ ਆਉਂਦੇ ਨੇ ਉਸਨੇ ਖਲਾਕ ਇਹਨੂੰ ਆਉਂਦੇ ਨੇ ਕਦਰ ਇਹਨੂੰ ਆਉਂਦੇ ਨੇ ਮੁਹੱਬਤ ਇਹਨੂੰ ਆਉਂਦੇ ਨੇ ਇੱਜ਼ਤ
नजर पे मां कह लगी वे मेरा पुत्रा कदों आके खलोता है। कह लगा मां मैं कदे आके खलोता वा तेरा इंतजार करता सा पिया। कदों मां की अग खुले ते मैं मां नू दुध पेश करा। मैं मां की खिदमत ते पुत्र मेनू जगा लेना सी। मेरा पुत्र थकिया आया है। मावां नू ए वी ते फिकर हुंदा ना मेरा पुत्र थकिया आया सफर करके आया है। मेरे पुत्र नू वी थकावटा होईयां ने पुत्रां दा एहसास करदियां ने मावां। पुत्र मेनू जगा लेना सी अम्मा मैं मुनासिब नहीं समझिया। मेरी मां सुती है मैं मां की नींद खराब नहीं सा करना चाहता। मैं मां का आराम खराब नहीं सा करना चाहता। अम्मा मैं तेरा इंतजार करता रहा कदों उठे ते कदों मैं तेनू दुध पेश करा। इधर मां ने दुध पीता है आंदा अरशां वालिया। मेरे बच्चे रोंदे रोंदे मेरिया लत्तां नाल चिमट के सौ गए। कोई लत्तां ते डिगाए कोई उधर डिगाए कोई उधर डिगाए। बाबा बाबा कर दे अपू अपू कर दे पिलक दे दुध दुध कर दे प्यास प्यास कर दे भुख भुख कर दे सौ गए। अल्लाह मैं मां दी खिदमत च खलल नहीं होन दिता। मैं मां वाली मुहब्बत मां दी खिदमत वाली रूटीन च तेरी रजा दी खातर फर्क नहीं होन दिता। हुण तड़पिया जे जरा अरशां वाले आओ जे तेनू मेरा ए अमल पसंद है। मौला इस मुसीबत नू टाल दे इस पत्थर नू दूर कर दे। अल्लाह अल्लाह इना वास्ता पाया है अल्लाह पाक नू इना दे अमल इन्ने चंगे लगे ने। अल्लाह पाक ने फौरन मदद कीती है ते अल्लाह ने इस मुसीबत नू दूर फरमा छड़िया है। मां बाप की खिदमत का सिला अल्लाह आन वाली बलावान टाल देंदा। चुतियां चुकिया कर मां बाप भावे तू जग का जो भी है सरदार है चौधरी है डॉक्टर है मौलवी है हाफज है कारी है ओहदियां वाला है दौलत वाला है MP जड़ा भी है तू मां बाप के सामने रोब ते ओहदे नहीं विखाई दे। इंज जाईदा जिवें मालकां दे सामने नौकर जांदे ने। इंज जाईदा जिवें उस्ताद दे सामने शागिर्द जांदे ने। इंज जाया कर मां बाप दे सामने अदब नाल जी जी करदा जाया कर डरिया कर। किते अम्मी दा दिल ना दुखदा अबू दा अल्लाह दी कसम रब तेनू वेखी किन्नियां इज्जतां नाल नवाजदा है। रब वेखी दुनिया तेरे अगे पिछे किवें ला देंदा। रब इत्थे भी अजमत देवेगा अगे भी अजमत देवेगा। अल्लाह कोलों दुआ है अल्लाह पाक सानू सब नू मां बाप दा खिदमत गुजार बनाए मां बाप ना मुहब्बत करन वाला बनाए। आखिर दावा बड़ा ही जानदार शानदार खिताब फरमा रहे सन। नौजवानों के दिलों की धड़कन मेरी मुराद हज़रत मौलाना कारी आसफ नज़ीर मुहम्मदी साहब। मैं हूँ अपने उस्ताद मोहतरम फजीलत शेख अब्दुल खालिक साहब के अगे गुजारिश करांगा कि वो स्टेज पर आ करके इस नौजवान खतीब नू कारी आसफ नज़ीर मुहम्मदी साहब नू तोहफा पेश करन। फजीलत शेख कारी हाफज अब्दुल खालिक सैफ साहिब बारक अल्लाह जजाकुमुल्लाह खैर अहसन अल जजा फी दुनिया वल आखिरा।